ਨਹੀਂ 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 ਉਹ ਪੁੱਠੇ ਸਿੱਧੇ ਆਪਨ ਨੂੰ ਆਉਂਦੇ ਨਹੀਂ ਕਿ 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 ਦਸ਼ਾਂਕ ਬਾਰੇ ਸਿੱਖਿਆ ਕਿਸੇ ਤੋਂ ਨਹੀਂ ਹੈ ਮੈਂ 1 ਸਾਲ ਹਸਪੀਟਲ ਦੇ ਵਿੱਚ ਕੰਮ ਕੀਤਾ ਨਹੀਂ ਮੈਂ ਆਪਣੇ ਲਿਖੇ ਗੀਤ ਆਪ ਹੀ ਗਾਉਣਾ ਮੈਂ ਕਿਸੇ ਦੇ ਗੀਤ ਨਹੀਂ ਗਾਇਆ ਇੱਕ ਕਲਾਕਾਰ ਸੀਗੀ ਉਹ ਮੈਨੂੰ ਆਖਿਆ ਕਰੇ ਬਾਈ ਜੀ ਤੁਸੀਂ ਨਾ ਆਇਆ ਕਰੋ ਸਾਡੀ ਟੌਰ ਖਰਾਬ ਕਰ ਦਿੰਨੇ ਹੋ ਦੇਖੋ ਤੁਸੀਂ ਅੰਦਰੇ ਅੰਦਰ ਸੜੀ ਜਾਓਗੇ ਅੰਦਰ ਅੰਦਰ ਤੁਹਾਡਾ ਖੂਨ ਸੁੱਕ ਹੀ ਜਾਏਗਾ ਤੁਸੀਂ ਮਰ ਜੂਗੇ ਕਾਲ ਦੋਸਤੋ ਮੈਂ ਤੁਹਾਡਾ ਆਪਣਾ ਛੋਟਾ ਵੀਰਿੰਦਰ ਮਾਨ ਔਰ ਮੇਰੇ ਨਾਲ ਨੇ ਅਮਨ ਸੇਖੋਂ ਜੀ ਸੋ ਅੱਜ ਅਸੀਂ ਪਹੁੰਚੇ ਆਂ ਜੀ ਬਾਬਾ ਫਰੀਦ ਜੀ ਦੀ ਪਵਿੱਤਰ ਨਗਰੀ ਸ਼ਹਿਰ ਫਰੀਦਕੋਟ ਵਿਖੇ ਸੋ ਇੱਥੇ ਜਿੱਥੇ ਹੋਰ ਬਹੁਤ ਖੂਬਸੂਰਤ ਜਗ੍ਹਾਵਾਂ ਨੇ ਤੁਹਾਨੂੰ ਦੇਖਣ ਲਈ ਬਹੁਤ ਪਵਿੱਤਰ ਔਰ ਇਤਿਹਾਸਿਕ ਸ਼ਹਿਰ ਆ ਜਿੱਥੇ ਆਪਣੀ ਮਹੱਤਤਾ ਰੱਖਦਾ ਉਥੇ ਨਾਲ ਨਾਲ ਇੱਥੇ ਕੁਝ ਐਸੇ ਚਿਹਰੇ ਅਸੀਂ ਤੁਹਾਡੇ ਲਈ ਲੱਭੇ ਨੇ ਕਿ ਜਿਨ੍ਹਾਂ ਨੂੰ ਬਚਪਨ ਤੋਂ ਅਸੀਂ ਟੀਵੀ ਦੇ ਉੱਪਰ ਦੇਖਦੇ ਆਏ ਆ ਸੋ ਅਜਿਹੇ ਇੱਕ ਨਾਮ ਬਹੁਤ ਵੱਡਾ ਨਾਮ ਗਰਮੇਲ ਬਰਾੜ ਜੀ ਜਿਨ੍ਹਾਂ ਨੂੰ ਸਵੀਡਨ ਵਾਲੇ ਵੀ ਕਿਹਾ ਜਾਂਦਾ ਜਿਨ੍ਹਾਂ ਦੇ ਗੀਤ ਅਸੀਂ ਦੂਰਦਰਸ਼ਨ ਤੇ ਔਰ ਵੱਖ-ਵੱਖ ਚੈਨਲਾਂ ਤੇ ਬਹੁਤ ਦੇਰ ਤੋਂ ਸੁਣਦੇ ਆ ਰਹੇ ਹਾਂ ਜੀ ਜਿਨ੍ਹਾਂ ਨੇ ਬਹੁਤ ਆਪਣਾ ਲੰਮਾ ਸਮਾਂ ਗਾਇਕੀ ਦੇ ਵਿੱਚ ਸੇਵਾਵਾਂ ਨਿਭਾਈਆਂ ਤੇ ਅੱਜ ਵੀ ਨਿਭਾ ਰਹੇ ਨੇ ਸੋ ਆਓ ਅਸੀਂ ਤੁਹਾਡੇ ਉਹਨਾਂ ਨੂੰ ਉਹਨਾਂ ਦੇ ਘਰ ਲੈ ਕੇ ਆਏ ਹਾਂ ਜੀ ਤੇ ਆਓ ਤੁਹਾਨੂੰ ਮਿਲਾਉਣੇ ਗਰਮੇਲ ਬਰਾੜ ਜੀ ਦਾ ਹਾਂ ਜੀ ਸਰ ਹਾਂ ਸਰ ਸ਼ਸ਼ੀਕਾ ਹੋਰ ਸਰ ਠੀਕ ਠਾਕ ਹੋ ਜੀ ਇਹ ਅਮਨ ਜੀ अच्छा जी और ठीक ठाक है फिरफा सर कृपा और सर सब ठीक है, है? <laughs> <ते> <laughs> है। you, आ, जी और ठीक ठाक है मैं ਨੂੰ ਬਹੁਤ ਖੁਸ਼ੀ ਹੋਈ ਹੈ थैंक यू सर ਸਾਡੇ ਘਰ ਅੱਜ ਅਮਨ ਸੇਖੋਂ ਜੀ ਜੋ ਫਿਲਮੀ ਸਟਾਰ ਹੈ ਬਹੁਤ ਮਸ਼ਹੂਰ ਹੈ ਇੰਦਰ ਮਾਨ ਜੀ ਜਿਹੜੇ ਅੱਜ ਪਹੁੰਚੇ ਆ ਇਹਨਾਂ ਦੇ ਤੁਸੀਂ ਮਿੱਠੇ ਬੋਲ ਸੁਣੇ ਹੋਣੇ ਆ ਬਹੁਤ ਪਿਆਰੇ ਗੀਤ ਗਾਉਂਦੇ ਆ ਬਹੁਤ ਹੀ ਜ਼ਿਆਦਾ ਮੈਨੂੰ ਬਹੁਤ ਖੁਸ਼ੀ ਹੋਈ ਗਿਆ ਮਿਲ ਕੇ ਨੇ ਸਰ ਹੋਰੀ ਸਾਡੇ ਤੋਂ ਬਹੁਤ ਸੀਨੀਅਰ ਹੈ ਜੀ ਸੋ ਬਾਕੀ ਆਪਾਂ ਗੱਲਾਂ ਕਰਦੇ ਆਂ ਜੀ ਅੰਦਰ ਬੈਠ ਕੇ ਆ ਜੀ ਸੋ ਅਸੀਂ ਆਪਣਾ ਪ੍ਰੋਗਰਾਮ ਵੱਖਰੀ ਮੁਲਾਕਾਤ ਵਿੱਚ ਆਪ ਜੀ ਨੂੰ ਜੀ ਆਇਆਂ ਨੂੰ ਕਹਿੰਦੇ ਆਂ ਸੋ ਹੋਰ ਸੁਣਾਓ ਤੁਸੀਂ ਸਿਹਤ ਠੀਕ ਹੈ ਜੀ ਬਾ ਚੜਦੀਆਂ ਕਲਾ ਚ ਜੀ ਚਲੋ ਬਹੁਤ अच्छी ਗੱਲ ਪਰਿਵਾਰ ਬੱਚੇ ਸਭ ਖੈਰ ਹੀ ਸਾਰੇ ਬਿਲਕੁਲ ਠੀਕ ਠਾਕ ਹੈ ਠੀਕ ਹੈ ਸਰ ਸੋ ਦੋਸਤੋ ਤੁਸੀਂ ਬਹੁਤ ਸਾਰੇ ਸਰ ਹੋਰਾਂ ਦੇ ਗੀਤ ਸੁਣੇ ਕਿਉਂਕਿ ਅੱਜ ਕੱਲ ਪੁਰਾਤਨ ਗਾਇਕੀ ਜਿੱਦਾਂ ਦਾ ਸਰਦਾ ਸੀ ਆ ਕੇ ਮਾਹੌਲ ਦੇਖਿਆ ਜਿੱਦਾਂ ਦਾ ਸਰਦਾ ਫਸਟ ਮੈਂ ਤਾਂ ਇਹਨਾਂ ਦੀ ਗੈਟਅਪ ਬਹੁਤ ਅੱਛਾ ਲੱਗਿਆ ਕਿ ਤੁਰਲੇ ਵਾਲੀ ਪੱਗ ਔਰ ਖੁੰਡਾ ਔਰ ਜਿਹੜਾ ਗੱਲ ਚ ਕੈਂਥਾ ਪਾਇਆ ਤੇ ਜਿਹੜਾ ਸਰ ਦਾ ਡ्रेसਿੰਗ ਸੈਂਸ ਬਹੁਤ ਅੱਛਾ ਲੱਗਿਆ ਜਿਹੜਾ ਕਿ ਸਾਨੂੰ ਕਹਿੰਦੇ ਹਨਾ ਵੀ ਫਰਸਟ ਇਮਪ੍ਰੈਸ਼ਨ ਨਹੀਂ ਵਰਤ ਮਤਲਬ ਲਾਸਟ ਇਮਪ੍ਰੈਸ਼ਨ ਬਣ ਜਾਂਦਾ ਬੰਦੇ ਦਾ ਸੋ ਇਹਨਾਂ ਦੀ ਡਰੈਸ ਤੋਂ ਹੀ ਮੈਂ ਬੜਾ ਪ੍ਰਭਾਵਤ ਹੋਇਆ ਬਾਕੀ ਲੋਕ ਸਾਜ ਵਰਤਦੇ ਨੇ ਆਪਣੇ ਗਾਣੇ ਦੇ ਵਿੱਚ ਪਿੱਛੇ ਜਿਹਨਾਂ ਦਾ ਕੀ ਦੂਰਦਰਸ਼ਨ ਤੇ ਕਾਫੀ ਚੱਲਦਾ ਸੀਗਾ ਉਹ ਸ਼ਾਇਦ ਕੋਈ ਤੁਸੀਂ ਉਧਰ ਗੰਗਾ ਜੀ ਤੱਟ ਵਗੈਰਾ ਤੇ ਸ਼ੂਟ ਹੋਇਆ ਸੀ ਉਹ ਸੀਗਾ ਜੀ ਗਰੀਬੀ ਤੇ ਸੀਗਾ ਹਾਂਜੀ ਸਰ ਜੋ ਅਸੀਂ ਆਪਣੇ ਦੇਸ਼ ਵਿੱਚ ਅੱਜ ਦੇਖਦੇ ਆ ਗਰੀਬੀ ਜੀ ਸਰ ਕੋਈ ਰੱਜ ਕੇ ਰੋਟੀ ਖਾਂਦਾ ਏ ਕੋਈ ਭੁੱਖਾ ਹੀ ਸੌਂ ਜਾਂਦਾ ਏ ਕੋਈ ਸੁੱਟੀ ਰੋਟੀ ਖਾਂਦਾ ਏ ਇਸ ਤਰ੍ਹਾਂ ਕਰਕੇ ਸੀਗਾ ਹੋਵੇਗਾ ਤੇ ਉਹ ਲੋਕਾਂ ਨੇ ਬੜਾ ਪਸੰਦ ਕੀਤਾ ਹਾਂਜੀ ਹਾਂ ਉਹਦੇ ਵਿੱਚ ਕਾਫੀ ਸਾਡੀਆਂ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਚੀਜ਼ਾਂ ਸੀ ਔਰ ਪੁਰਾਤਨ ਜਿਹੜੇ ਲੋਕ ਸਾਜਾਂ ਨੂੰ ਸਰਨੇ ਇਸਤੇਮਾਲ ਕੀਤਾ ਸੋ ਬਹੁਤ ਵਧੀਆ ਗੱਲ ਆ ਕਹਿੰਦੀ ਆ ਮਨ ਜੀ ਸੋ ਹੁਣ ਸਰ ਸਾਨੂੰ ਤੁਸੀਂ ਆਪਣੇ ਜਨਮ ਬਾਰੇ ਸਾਡੇ ਸਰੋਤਿਆਂ ਨੂੰ ਮਤਲਬ ਚਾਨਣਾ ਪਾਓ ਆਪਣਾ ਜੱਦੀ ਪਿੰਡ ਕਿਹੜਾ ਜੀ ਜਨਮ ਸਥਾਨ ਔਰ ਆਪਣੇ ਫੈਮਲੀ ਬਾਰੇ ਸਾਨੂੰ ਕੁਝ ਚਾਨਣਾ ਪਾਓ ਜੀ ਮੇਰਾ ਜੀ ਅਸਲੀ ਪਿੰਡ ਫਿੱਡਾ ਖੁਰਦਾ ਇਹ ਨਜ਼ਦੀਕ ਤਕਰੀਬਨ ਕੋਟਕਪੂਰਾ ਤੇ ਫਰੀਦਕੋਟ ਦੇ ਵਿਚਾਲੇ ਹੀ ਰਹਿ ਜਾਂਦਾ ਮੈਂ ਉੱਥੇ ਹੀ ਪੈਦਾ ਹੋਇਆ ਵਾਂ ਬਾਂਦਰ ਚਟਾਣੇ ਮੈਂ ਮੈਟਰ ਕੀਤੀ ਹੋਈ ਆ ਉਸ ਤੋਂ ਬਾਅਦ ਮੈਂ ਫਰੀਦਕੋਟ ਕਾਲਜ ਵਿੱਚ ਆਇਆ ਸੀਗਾ ਕੁਝ ਟਾਈਮ ਲੱਗਿਆ ਮੈਨੂੰ ਇੱਥੇ ਉਸ ਤੋਂ ਬਾਅਦ ਮੈਂ ਬਾਹਰ ਚਲਾ ਗਿਆ ਸੀਗਾ ਤੇ ਅੱਜ ਮੈਂ ਸਵੀਡਨ ਵਿੱਚ ਸੈੱਟ ਆਉਂਦਾ ਜਾਂਦਾ ਰਹਿਣਾ ਇੱਥੇ ਤੇ ਮੈਨੂੰ ਆਪਣੇ ਕਲਚਰ ਨਾਲ ਬਹੁਤ ਪਿਆਰ ਹੈ ਸਭ ਤੋਂ ਜ਼ਿਆਦਾ ਪਿਆਰ ਮੈਨੂੰ ਸੰਗੀਤ ਦੇ ਨਾਲ ਹੈ ਬਾਕੀ ਮੈਨੂੰ ਹੋਰ ਤਾਂ ਕਾਰੋਬਾਰ ਥੋੜੇ-ਬਹੁਤੇ ਚੱਲਦੀ ਰਹਿੰਦੇ ਆ ਪਰ ਸੰਗੀਤ ਨਾਲ ਮੈਨੂੰ ਬਹੁਤ ਜ਼ਿਆਦਾ ਪਿਆਰ ਆ ਹਾਂਜੀ ਸਰ ਇਹ ਸਾਨੂੰ ਦੱਸਿਓ ਜੀ ਕਿ ਤੁਹਾਨੂੰ ਇਹ ਗਾਇਕੀ ਦਾ ਸ਼ੌਂਕ ਇਹ ਬਚਪਨ ਤੋਂ ਔਰ ਕਿੱਦਾਂ ਪਿਆ ਹੈ ਗੋਡ ਗਿਫਟਡ ਹੈ ਜੀ ਸਾਨੂੰ ਇਹਦੇ ਬਾਰੇ ਦੱਸਿਓ ਗਾਇਕੀ ਦਾ ਸ਼ੌਂਕ ਬਾਰੇ ਸਿੱਖਿਆ ਕਿਸੇ ਤੋਂ ਨਹੀਂ ਹੈ ਇਹ ਕੁਦਰਤੀ ਮੇਰੀ ਆਵਾਜ਼ ਕੁਦਰਤੀ ਹੈ ਜਿਸ ਨੂੰ ਆਪਾਂ ਕਹਿ ਦਿੰਦੇ ਆ ਤੇ ਬਸ ਇੱਕ ਦੂਜੇ ਨੂੰ ਦੇਖ-ਦੇਖ ਕੇ ਕੀਵਾਹ ਗਾਉਣਾ ਸ਼ੁਰੂ ਕੀਤਾ ਹੈ ਤੇ ਕੁਛ ਹੱਦ ਤੱਕ ਮੈਂ ਏਡਾ ਵੱਡਾ ਕਲਾਕਾਰ ਤਾਂ ਹੈ ਨਹੀਂਗਾ ਪਰ ਜਿੰਨਾ ਕ ਮੈਨੂੰ ਆਉਂਦਾ ਉਹਨਾਂ ਕ ਠੀਕ ਹੈ ਮਤਲਬ ਬਚਪਨ ਤੋਂ ਹੀ ਤੁਸੀਂ ਸਕੂਲ ਟਾਈਮ ਤੋਂ ਸਰ ਹਾਂ ਸਕੂਲ ਟਾਈਮ ਦੇ ਵਿੱਚ ਮੈਂ ਗਾਉਂਦਾ ਹੁੰਦਾ ਸੀਗਾ ਮੈਨੂੰ ਯਾਦ ਹੈ ਕਿ ਜਦ ਮੈਂ ਦੂਜੀ ਤੀਜੀ ਕਲਾਸ ਵਿੱਚ ਹੁੰਦਾ ਸੀ ਸਾਡੇ ਇੱਕ ਮਾਸਟਰ ਹੁੰਦਾ ਸੀ ਲక్ష్మణ ਸਿੰਘ ਝੋਟੀ ਵਾਲੇ ਤੋਂ ਜੀ ਸਰ ਉਸਨੇ ਜਦੋਂ ਸਕੂਲ ਵਿੱਚ ਛੁੱਟੀ ਹੋਣੀ ਤੇ ਮੈਨੂੰ ਖੜੇ ਕਰ ਲੈਣਾ ਵੀ ਚੱਲ ਗਰਮੇਲ ਸਿੰਘ ਖੜੇ ਹੋ ਤੇ ਗੀ ਸੁਣਾ ਉਹ ਮੈਂ ਤੇ ਸੁਣਦਾ ਹੁੰਦਾ ਸੀ ਇੱਕ ਉਹਨੇ ਆਪ ਦਾ ਲਿਖਿਆ ਸੀ ਚੀਨ ਚੜਾਈ ਕਰ ਲਈ ਸ਼ੇਰ ਜਵਾਨਾ ਹੋਏ ਇੱਕ ਸੀਗਾ ਲਾਲਚੰਦ ਜੌਹਲਾ ਜੱਟ ਜੀ ਦਾ ਸਤਿਗੁਰੂ ਨਾਨਕ ਤੇਰੀ ਨੀਲਾ ਨਿਆਰੀ ਆ ਨੀਝੇ ਲਾਲਾ ਵੇਂਦੀ ਦੁਨੀਆ ਸਾਰੀ ਆ ਇਹ ਦੋ ਗੀਤ ਜਦੋਂ ਸੁਣ ਕੇ ਸੁਣਦੇ ਉਹ ਤੇ ਉਸ ਤੋਂ ਬਾਅਦ ਬੱਚਿਆਂ ਨੂੰ ਕਹਿੰਦੇ ਚਲੋ ਭਾਈ ਛੁੱਟੀ ਭਾਜੋ ਜੀ ਉਸ ਤੋਂ ਬਾਅਦ ਸਰ ਫਿਰ ਉਹ ਉਧਰ ਮਤਲਬ ਤੁਸੀਂ ਅੱਜ ਕੱਲ ਸਵੀਡਨ ਦੇ ਵਿੱਚ ਸਿਟੀਜ਼ਨਸ਼ਿਪ ਆ ਤੁਹਾਡੀ ਮੈਨੂੰ ਲੱਗਦਾ ਤੇ ਉਧਰ ਕਦੋਂ ਕਦੇ ਸਰ ਤੁਸੀਂ ਰਹਿ ਰਹੇ ਹੋ ਆਪਣਾ ਉਧਰ ਤਾਂ ਮੈਂ ਬਚਪਨ ਤੋਂ ਹੀ ਚਲਾ ਗਿਆ ਸੀਗਾ ਅੱਛਾ ਜੀ ਉੱਥੇ ਮੈਂ 1 ਸਾਲ ਹਸਪੀਟਲ ਦੇ ਵਿੱਚ ਕੰਮ ਕੀਤਾ ਉਸ ਤੋਂ ਬਾਅਦ ਮੈਂ 5 ਸਾਲ ਜਿਹੜੀ ਐ ਜਸਤਰਾ ਮੈਟਰੋ ਟ੍ਰੇਨ ਚਲਾਈ ਐ ਉਸ ਤੋਂ ਬਾਅਦ ਮੈਂ ਆਪਣਾ ਬਿਜ਼ਨਸ ਹੀ ਕੀਤਾ ਹੋਰ ਕੰਮ ਨਹੀਂ ਕੀ ਪੀਤੀ ਤੁਸੀਂ ਸਵੀਡਨ ਦੇ ਵਿੱਚ ਮੈਟਰੋ ਟ੍ਰੇਨ ਚਲਾਈ ਹਾਂਜੀ 5 ਸਾਲ ਚਲਾਈ ਐ ਜੀ ਬਹੁਤ ਵੱਡੀ ਗੱਲ ਦੀ ਗੱਲ ਆ ਤੇ ਹੁਣ ਸਰ ਆਪਣਾ ਕਿਹੜਾ ਲੇਟੈਸਟ ਗੀਤ ਜਿਹੜਾ ਆ ਉਹਦੇ ਦੋ ਬੋਲ ਸੁਣਾ ਦਿਓ ਦਰਸ਼ਕਾਂ ਨੂੰ ਹਾਂਜੀ ਉਹ ਆਪਣੇ ਕੁਝ ਬੋਲੀਆਂ ਆਈਆਂ ਜੋ ਅੱਜ ਸਾਡੇ ਕਿਸਾਨਾਂ ਨਾਲ ਵਾਪਰ ਰਿਹਾ ਉਸ ਦੇ ਉੱਤੇ ਬੋਲੀਆਂ ਹੈਗੀਆਂ ਜੀ ਸਰ ਤੇ ਉਹ ਤੁਹਾਨੂੰ ਮੈਂ ਸੁਣਾਉਣਾ ਜਿਨ੍ਹਾਂ ਵਿੱਚ ਅਮਨ ਸੇਖੋਂ ਜੀ ਇਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ ਕਿਉਂਕਿ ਬਹੁਤ ਵੱਡੇ ਫਿਲਮੀ ਸਟਾਰ ਹੈ ਹਾਂਜੀ ਹਾਂਜੀ ਤੇ ਸਾਨੂੰ ਇਹਨਾਂ ਦੀ ਡਿਮਾਂਡ ਹਮੇਸ਼ਾ ਹੀ ਰਹਿੰਦੀ ਹੈ ਜੀ ਸਰ ਜੀ ਇਹਨਾਂ ਦਾ ਬੜਾ ਨਾਂ ਅੱਜ ਜੀ ਸਰ ਜੀ ਸਰ ਜਿਸ ਮਰਜੀ ਜਿੱਥੇ ਪੁੱਛ ਲਓ ਉਹੀ ਕਹਿੰਦੇ ਅਮਨ ਸੇਖੋਂ ਜੀ ਅਮਨ ਸੇਖੋਂ ਜੀ ਤੇ ਬਹੁਤ ਬਹੁਤ ਖੁਸ਼ੀ ਹੁੰਦੀ ਹੈ ਲਿਖਣਾ ਤਾਂ ਨਹੀਂ ਚਾਹੁੰਦੇ ਸੀ ਪਰ ਅੱਜ ਜੋ ਸਾਡੇ ਕਿਸਾਨਾਂ ਨਾਲ ਹੋ ਰਿਹਾ ਹੈ ਮਜਬੂਰੀ ਵਿੱਚ ਲਿਖੜੇ ਪੈਂਦੇ ਇਹੋ ਜਿਹੇ ਗੀਤ ਕਿ ਸਾਨੂੰ ਕਿਸਾਨ ਤੋਂ ਬਿਨਾਂ ਤਾਂ ਕੋਈ ਦੇਸ਼ ਤਰੱਕੀ ਕਰ ਹੀ ਨਹੀਂ ਸਕਦਾ ਤੇ ਜੋ ਅੱਜ ਮਾਹੌਲ ਹੈ ਮੋਦੀ ਜੀ ਨੇ ਕੀਤਾ ਉਹ ਬਹੁਤ ਦੁਖ ਦੀ ਗੱਲ ਹੈ ਕਿ ਐਨਾ ਉਹਦੀ ਧੌਣ ਦੇ ਵਿੱਚ ਕਿੱਲਾ ਲੱਗਿਆ ਹੋਇਆ ਹੈ ਕਿ ਜਿਹੜਾ ਉਹ ਥੱਲੇ ਨਹੀਂ ਉਤਰਨਾ ਚਾਹੁੰਦਾ ਕਿਸੇ ਵੀ ਤਰੀਕੇ ਨਾਲ ਪਰ ਅਸੀਂ ਇਹਨੂੰ ਬਖਸ਼ਾਂਗੇ ਨਹੀਂ ਜਿੱਥੇ ਮਰਜ਼ੀ ਭੱਜ ਲਿਓ ਉਹ ਤੇ ਉਹਦਾ ਇੱਕ ਗੀਤ ਲਿਖਿਆ ਹੋਇਆ ਸੀ ਅਮਨ ਸੇਖੋ ਜੀ ਜਿਹੜੇ ਕਿ ਉਹਨਾਂ ਦੇ ਨਾਲ ਇੱਕ مین ਐਕਟਰ ਕੰਮ ਕਰ ਰਿਹਾ ਉਹ ਅੱਜ ਗੀਤ ਵਸ ਤੇਰੇ ਦੀ ਗੱਲ ਨਾ ਕੋਈ ਤੂੰ ਹੈ ਪਾਪੀ ਬੰਦਾ ਓਏ ਵਸ ਤੇਰੇ ਦੀ ਗੱਲ ਨਾ ਕੋਈ ਤੂੰ ਹੈ ਪਾਪੀ ਬੰਦਾ ਦੇਸ਼ ਵੇਚ ਕੇ ਖਾ ਲਿਆ ਤੂੰ ਏ ਤੇਰਾ ਇਹੋ ਤੰਦਾ ਓਏ ਨਾਲ ਕਸਨਾ ਆਇਓ Oh. ਨਾਲ ਕਿਸਾਨਾ ਭੰਗਾ ਲੈ ਕੇ ਚੱਲਣੇ ਨਹੀਂ ਵਾਦੇ ਫੋਕੇ ਇੱਕ ਤੇਰੀ ਅੜਪੰਣੀ ਉੜਦੇ ਕਬੂਤਰ ਠੋਕੇ ਇੱਕ ਤੇਰੀ ਅੜਪੰਣੀ ਉੜਦੇ ਕਬੂਤਰ ਠੋਕੇ ਇੱਕ ਤੇਰੀ ਅੜਪੰਣੀ ਉੜਦੇ ਕਬੂਤਰ ਠੋਕੇ ਇੱਕ ਤੇਰੀ ਅੜਪੰਣੀ ਵਾਹ ਜੀ ਵਾਹ ਸਰ ਬਹੁਤ ਖੂਬ ਬਹੁਤ ਸਰ ਦਾ ਬਹੁਤ ਜਿਆਦਾ ਜੋਸ਼ ਔਰ એનર્ਜੀ ਔਰ ਕਿਆ ਬਾਤ ਹੈ ਔਰ ਮਿੰਦਾ ਯਮਲਾ ਜੱਟ ਜੀ ਦੀ ਯਾਦ ਆ ਗਈ ਉਹਨਾਂ ਦਾ ਭਲੇਖਾ ਪਹਿਰਿਆ ਜਿਹੜਾ ਉਹਨਾਂ ਦਾ ਹੇਕ ਲਾਉਂਦਾ ਤੁਹਾਡਾ ਸਟਾਈਲ ਬਹੁਤ ਅੱਛਾ ਤੇ ਉਹਨਾਂ ਦਾ ਮੈਂ ਜਿ ਅਸਲੀ ਤੌਰ ਤੇ ਬਚਪਨ ਤੋਈ ਨਾ ਲਾਲਚੰਨ ਜਮਲਾ ਜੱਟ ਜੀ ਹਾਂਜੀ ਨਸ਼ਰ ਫਤਿਹ ਅਲੀ ਖਾਨ ਹਾਂਜੀ ਤੇ ਆਪਣੇ ਇੱਕ ਆਲਮ ਲੋਹਾਰ ਜੀ ਇਹਨਾਂ ਨੂੰ ਪਸੰਦ ਕਰਦਾ ਸੀ ਬਹੁਤ ਜ਼ਿਆਦਾ ਇਹਨਾਂ ਦੇ ਗੀਤ ਅਕਸਰ ਮੈਂ ਗਾਇਆ ਕਰਦਾ ਸੀ ਹੁਣ ਵੀ ਮੈਂ ਇੱਕ ਦੋ ਗੀਤ ਕੀਤੇ ਉਹ ਤੁਹਾਨੂੰ ਮੈਂ ਦੱਸੂਗਾ ਜਿਹੜੇ ਕਿ ਆਉਣ ਵਾਲੇ ਆ ਜੀ ਸਰ ਤੇ ਸਰ ਤੁਸੀਂ ਦੱਸਿਆ ਕਿ ਇਹ ਮਤਲਬ ਗੀਤ ਜਿਹੜਾ ਕਰੰਟ ਸਿਚੁਏਸ਼ਨ ਤੇ ਜਿਹੜਾ ਲਿਖਿਆ ਕਿਸਾਨੀ ਵਾਲਾ ਇਥੋਂ ਮੈਨੂੰ ਲੱਗਿਆ ਕਿ ਤੁਸੀਂ ਗੀਤ ਵੀ ਫਿਰ ਆਪ ਹੀ ਲਿਖ ਲੈਂਦੇ ਜਨਾਲ ਹਾਂ ਗੀਤ ਮੈਂ ਤਕਰੀਬਨ ਸਾਰੇ ਆਪ ਹੀ ਲਿਖਦਾ ਉਹੋ ਇਸ ਤਰ੍ਹਾਂ ਦੇ ਗੀਤ ਵਿੱਚ ਲਿਖੇ ਨਹੀਂ ਜਾਂਦੇ ਮੈਂ ਕੁਝ ਕਿਤੇ ਵੀ ਲਿਖਦਾ ਹਾਂ ਮੈਂ ਗੀਤ ਉਹ ਰੱਬੀ ਰੂਪ ਵਿੱਚ ਆ ਜਾਂਦੇ ਆ ਜੀ ਸਰ ਮੈਂ ਇਸ ਤੋਂ ਦੂਸਰੇ ਗੀਤ ਲਿਖੇ ਨਹੀਂ ਜਾਂਦੇ ਪੁੱਠੇ ਸਿੱਧੇ ਜਿਵੇਂ ਅੱਜ ਕੱਲ ਨੌਜਵਾਨ ਗਾਉਂਦੇ ਆ ਕਮਰਸ਼ੀਅਲ ਤੇ 나 ਹੀ ਮੈਂ ਲਿਖ ਸਕਦਾ ਹਾਂ ਹਾਂਜੀ ਤੇ ਮੈਂ ਸੋਚ ਚੰਗੀ ਸੋਚ ਲੈ ਕੇ ਲਿਖਦਾ ਕਿ ਜਿਸ ਤੋਂ ਆਮ ਬੱਚਿਆਂ ਨੂੰ ਚੰਗੇ ਮੈਸਰੀ ਮਿਲ ਸਕਣ ਹੂੰ ਨਹੀਂ ਬਹੁਤ ਅੱਛਾ ਜੀ ਤੁਹਾਡੇ ਉਹ ਤੁਹਾਡੀ ਰੂਹ ਤੋਂ ਹੀ ਸਾਨੂੰ ਲੱਗ ਰਿਹਾ ਤੁਹਾਡੀ ਜਿਹੜੀ ਅੱਛੀ ਰੂਹ ਆ ਸਾਨੂੰ ਪਤਾ ਲੱਗ ਰਿਹਾ ਕਿ ਤੁਸੀਂ ਕਮਰਸ਼ੀਅਲੀ ਜ਼ਿਆਦਾ ਨਹੀਂ ਤੁਸੀਂ ਇਮੋਸ਼ਨਲੀ ਇਨਸਾਨ ਹੋ ਤੇ ਇਮੋਸ਼ਨਲ ਨਾਲ ਜੁੜ ਕੇ ਤੁਸੀਂ ਇਹ ਸਾਰਾ ਕੰਮ ਕੀਤਾ ਤੇ ਸਰ ਆਪਣੇ ਤੋਂ ਇਲਾਵਾ ਕਿਸੇ ਹੋਰਾਂ ਨੇ ਵੀ ਆਪਣੇ ਗੀਤ ਗਾਏ ਜਾਂ ਖੁਦ ਆਪਾਂ ਗਾਏ ਜੀ ਨਹੀਂ ਮੈਂ ਆਪਣੇ ਲਿਖੇ ਗੀਤ ਆਪ ਹੀ ਗਾਉਣਾ ਮੈਂ ਕਿਸੇ ਦੇ ਗੀਤ ਨਹੀਂ ਗਾਏ ਹਾਂਜੀ ਠੀਕ ਹੈ ਕਸਰ ਤੇ ਸੋਲੋ ਹੀ ਸਰ ਗਾਉਂਦੇ ਹੋਰ ਜਾਂ ਦੁਗਾਣਾ ਗਾਇਕੀ ਦਾ ਵੀ ਆਪਾਂ ਹਾਂ ਦੁਗਾਣੇ ਗੀਤ ਮੈਂ ਗਾਏ ਹੈਗੇ ਆ ਜਿਹੜੇ ਕਿ ਅਸਲੀ ਰੂਪ ਵਿੱਚ ਉਹਨਾਂ ਵਿੱਚ ਚੰਗੇ ਮੈਸੇਜ ਦਿੱਤੇ ਹੋਏ ਆ ਜੀ ਸਰ ਉਸ ਤਰ੍ਹਾਂ ਦੇ ਗੀਤ ਨਹੀਂ ਐ ਕੋਈ ਰਾਫ ਜਿਵੇਂ ਆਮ ਲੋਕ ਗਾਉਂਦੇ ਬਤ ਤੇ ਮੈਂ ਅੱਗੇ ਵਾਸਤੇ ਵੀ ਕੋਸ਼ਿਸ਼ ਕਰੂੰਗਾ ਡਿਊਟ ਗੀਤ ਗਾਉਣ ਦੇ ਪਰ ਮੈਥੋਂ ਉਹ ਗੀਤ ਨਹੀਂ ਗਾਈ ਜਾਂਦੇ ਜਿਹੜੇ ਆਮ ਗੀਤ ਗਾਉਂਦੇ ਹੈਗੇ ਆ ਕਿ ਮੈਂ ਚੰਗੀ ਸੋਚ ਲੈ ਕੇ ਗਾਉਣਾ ਚਾਹੁੰਦਾ ਜਿਹਨੂੰ ਪੰਜਾਬੀ ਬੀਬੀਆਂ ਕਹਿੰਦੀਆਂ ਲੈ ਜਾਵੇ ਛੱਡ ਜਾਵੇ ਉਹ ਗੀਤ ਨਹੀਂ ਨਾ 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 ਉਹ ਪੁੱਠੇ ਸਿੱਧੇ ਆਪ ਨੂੰ ਆਉਂਦੇ ਹੀ ਨਹੀਂ ਗਏ ਤੇ ਹਾਂਜੀ ਅਮਨ ਜੀ ਹਾਂਜੀ ਸਰ ਨੂੰ ਮਿਲ ਕੇ ਤਾਂ ਹਮੇਸ਼ਾ ਹੀ ਵਧੀਆ ਲੱਗਦਾ ਅੱਜ ਪਤਾ ਨਹੀਂ ਸੀਗਾ ਵੀ ਸਰ ਦੇ ਘਰ ਆਉਣਾ ਵਾ ਹਨਾ ਇੰਦਰਮਨ ਨੇ ਦੱਸਿਆ ਜਦੋਂ ਅਚਾਨਕ ਹੀ ਗੱਲ ਹੋਈ ਵੀ ਗਰਮੇਲ ਬਰਾੜ ਜੀ ਦੇ ਘਰ ਜਾ ਰਹੇ ਆ ਤਾਂ ਬੜੀ ਖੁਸ਼ੀ ਹੋਈ ਮੈਨੂੰ ਤੇ ਇਹਨਾਂ ਨੂੰ ਮਿਲ ਕੇ ਹਮੇਸ਼ਾ ਹੀ ਚੰਗਾ ਲੱਗਦਾ ਅਸੀਂ ਇਕੱਠੇ ਕਾਫੀ ਕੰਮ ਕਰ ਚੁੱਕੇ ਆ ਆਸਟ੍ਰੇਲੀਆ ਵੀ ਜਾ ਕੇ ਆਏ ਆ ਅਸੀਂ ਜਿਹੜਾ Song ਸੀਗਾ ਜਿਹਨੇ ਲਾਈ ਨਾ ਕਿਸੇ ਨਾਲ ਯਾਰੀ ਤੇ ਦੁਨੀਆ ਚ ਕੀ ਖਟਿਆ ਉਹਦਾ ਅਸੀਂ ਵੀਡੀਓ ਸ਼ੂਟ ਕਰਕੇ ਆਏ ਆ ਬਾਹਰ ਬਾਕੀ ਕੜਮਾਈਆਂ ਫਿਲਮ ਬਾਕੀ ਜਿੰਨੇ ਵੀ ਸਰਦੇ Song ਆਉਂਦੇ ਰਹਿੰਦੇ ਆ ਉਹਨਾਂ ਵਿੱਚ ਕੰਮ ਕਰਦੇ ਰਹਿੰਦੇ ਆ ਤੇ ਇਹ ਬਹੁਤ ਵਧੀਆ ਇਨਸਾਨ ਆ ਇਹਨਾਂ ਨੂੰ ਮਿਲ ਕੇ ਹਮੇਸ਼ਾ ਬਹੁਤ ਚੰਗਾ ਲੱਗਦਾ ਵੀ ਇਦਾਂ ਦੇ ਇਨਸਾਨ ਦੁਨੀਆ ਤੇ ਬੜੇ ਘੱਟ ਨੇ ਤੇ ਵਾਕਈ ਜੀ ਮੈਂ ਤੇ ਆਪ ਅੱਜ ਚਲੋ ਪਹਿਲਾਂ ਨਿੱਕੇ ਹੁੰਦੇ ਕਦੇ ਮਿਲੇ ਅੱਜ ਸੋ ਸਬਬ ਮਿਲਿਆ ਤੇ ਅੱਜ ਬਹੁਤ ਅੱਛਾ ਲੱਗਿਆ ਮੈਨੂੰ ਔਨਸਾਰੀ ਸਰਦਾਂ ਜਿਹੜੀ ਗੱਲਬਾਤ ਹੋਈ ਬਹੁਤ ਅੱਛਾ ਲੱਗਿਆ ਹਾਂਜੀ ਸਰ ਨੇ ਇੱਕ ਬਹੁਤ ਅੱਛਾ ਇੱਕ ਹੋਰ ਸੌਂਗ ਲਿਖਿਆ ਬੋਲ ਫਕੀਰਾ ਉਹਦੇ ਸਰ ਦੋ ਬੋਲ ਸਾਡੇ ਨਾਲ ਸਾਂਝੇ ਕਰੋ ਥੋੜਾ ਸੁਣਾਉਣੇ ਆ ਬੋਲ ਫਕੀਰਾ ਰਮਾ ਦੇ ਬਰ ਕੇ ਖੋ ਲੁਫਕੀਰਾ ਦਰਤੇ ਤੇ ਰੋਜ ਮੈਂ ਆਵਾਂ ਤੇ ਕੁਝ ਨਿਯੋਮੇ ਰੇ ਕੋ ਤਾਂਗ ਦਲਾਂ ਨੂੰ ਵੱਡ ਬਡ ਖਾ ਲਾ ਨੂੰ ਵੜ ਵੜ ਕਾਵੇ ਕੋਈ ਐਸਾ ਯਾਦ ਟੋ ਰੰਗ ਦੇ ਮੈਨੂੰ ਹਰ ਰੰਗ ਵਿੱਚ ਗੋਦੇ ਹਰ ਰੰਗ ਦੇ ਮੈਨੂੰ ਰੰਗ ਵਿੱਚ ਗੋਦੇ ਨਾਲੇ ਜੋੜ ਦੇ ਨਾਲੇ ਜੋੜ ਦੇ ਦਿਲਾਂ ਮਲੀ ਤਾਂ ਫਕੀਰਾਂ ਨਾਲ ਲਾ ਕੇ ਅੱਖੀਆਂ ਅਸਾ ਲੰਗਣਾਏ ਕਾਲ ਯੁਗ ਪਾਰ ਫਕੀਰਾਂ ਨਾਲ ਲਾ ਕੇ ਅੱਖੀਆਂ ਫਕੀਰਾਂ ਨਾਲ ਲਾ ਕੇ ਅੱਖੀਆਂ ਖਾਬਾ ਸਰ ਬਹੁਤ ਅੱਛਾ ਜੀ ਇਹ ਤੁਹਾਡੀ ਗਾਇਤਾਰੀ ਹੈ ਜੀ ਅੱਛਾ ਆਪਣੀ ਰਚਨਾ ਸਰ ਇਹ ਹਾਂਜੀ ਆਪਣੀ ਬਹੁਤ ਅੱਛਾ ਸਰ ਬਹੁਤ ਅੱਛਾ ਲੱਗਿਆ ਹਾਂਜੀ ਤੇ ਸਰ ਗੱਲ ਚੱ ਰਹੀ ਸੀ ਦੁਗਾਨਾ ਗਾਇਕੀ ਬਾਰੇ ਤੇ ਮਤਲਬ ਦੁਗਾਨਾ ਗਾਇਕੀ ਆਪਾਂ ਕਿਹੜੀਆਂ-ਕਿਹੜੀਆਂ ਮਤਲਬ ਹੋਰ ਗਾਇਕਾਵਾਂ ਨਾਲ ਫੀਮੇਲ ਗਾਇਕਾਂ ਬਾਰੇ ਮੈਂ ਗੱਲ ਕਰ ਰਿਹਾ ਮੈਂ ਸ਼ੁਰੂ ਚ ਕੀਤਾ ਸੀਗਾ ਇੱਕ ਨਰੂਲਾ ਜੀ ਦੇ ਨਾਲ ਤਿੰਨ-ਚਾਰ ਗੀਤ ਆਏ ਮੇਰੇ ਜਸਪਿੰਦਰ ਨਰੂਲਾ ਜੀ ਜਸਪਿੰਦਰ ਨਰੂਲਾ ਜੀ ਨਾਲ ਕੀ ਬਾਤ ਈਸ਼ਕ ਉਹਦੇ ਨੇ ਕਮਲੀ ਕੀ ਮਲੀ ਕੀ ਤਨ ਹੋ ਗਿਆ ਨਸ਼ਾ ਮੈਨੂੰ ਤੇ ਕੁਝ ਵੀ ਨਹੀਂ ਪੀਤਾ ਹੋ ਗਿਆ ਨਸ਼ਾ ਮੈਨੂੰ ਤੇ ਕੁਝ ਵੀ ਨਹੀਂ ਪੀਤਾ ਨਾਮ ਖਮਰੀ ਚੜ ਗਈ ਐ ਮੈਨੂੰ ਨਾਮ ਖਮਰੀ ਚੜ ਗਈ ਐ ਮੈਨੂੰ ਜੇੜੀ ਗੁ ਤੇਰੇ ਨਾਂ ਜੇੜੀ ਗੁ ਤੇਰੇ ਨਾਂ ਕਦੇ ਉਹ ਯਾਰ ਫਕੀਰਾ ਨਾਲ ਲਾ ਕੇ ਅੱਖੀਆਂ ਆਸਾਂ ਲੰਘਣਾਏ ਕਲ ਜਗ ਪਾਰ ਫਕੀਰਾ ਨਾਲ ਲਾ ਕੇ ਅੱਖੀਆਂ ਫਕੀਰਾ ਨਾਲ ਲਾ ਕੇ ਅੱਖੀਆਂ ਬਹੁਤ ਅੱਛਾ ਸਰ ਬਹੁਤ ਅੱਛਾ ਕੀ ਬਾਤ ਹੈ ਅੱਛਾ ਕੀ ਬਾਤ ਹਾਂਜੀ ਇਹ ਸਰ ਤੁਸੀਂ ਮਤਲਬ ਜਦੋਂ Song ਲਿਖਿਆ ਸੀ ਤੁਹਾਡੇ ਮਨ ਦੇ ਵਿੱਚ ਕੀ ਖਿਆਲ ਆਇਆ ਬੜਾ ਪਿਆਰਾ Song ਹੈ ਬਸ ਮੈਨੂੰ ਇਸੇ ਤਰ੍ਹਾਂ ਖਿਆਲ ਆਇਆ ਹਾਂਜੀ ਕਿ ਇੱਕ ਗਰੀਬ ਬੰਦਾ ਮੱਥਾ ਟੇਕਣ ਜਿਆਦਾ ਜਨ ਮਹਿਸੂਸ ਤਾਂ ਕਰਦਾ ਨਾ ਕਿ ਮੇਰੇ ਕੋਲ ਪੈਸੇ ਨਹੀਂ ਐ ਪਰ ਉਹ ਸਾਡੇ ਗੁਰੂ ਪੈਸੇ ਨਹੀਂ ਭਾਲਦੇ ਅਸੀਂ ਤਾਂ ਪੈਸੇ ਦੀ ਖਾਤਰ ਅਸੀਂ ਉੱਥੇ ਨਹੀਂ ਜਾਂਦੇ ਜਿਹਦੇ ਦਿਲ ਵਿੱਚ ਪਿਆਰ ਹੈ ਨਾ ਉਹ ਗੁਰੂਆਂ ਕੋਲੇ ਜਾਂਦਾ ਹੈ ਕੁਝ ਲੋਕ ਆਪਣੇ ਮਤਵਣ ਲਈ ਜਾਂਦੇ ਐ ਕੁਝ ਲੋਕਾਂ ਨੂੰ ਪਿਆਰ ਹੁੰਦਾ ਉਹ ਆਪਣੇ ਗੁਰੂ ਨੂੰ ਪਾਉਣਾ ਚਾਹੁੰਦੇ ਐ ਹਾਂਜੀ ਬਹੁਤ ਸੋਹਣਾ ਸੌਂਗ ਆ ਤੁਹਾਡਾ ਏਦਾਂ ਫੀਲਿੰਗ ਆਉਂਦੀ ਆ ਜਿੱਦਾਂ ਨਾ ਰੱਬ ਨਾਲ ਹੀ ਲੱਬ ਜੁੜ ਜਾਂਦੀ ਆ ਤੇ ਤੁਸੀਂ ਇਹ ਸੌਂਗ ਮਤਲਬ ਕੀ ਤੁਹਾਡੇ ਮਨ ਚ ਖਿਆਲ ਆਤਾਏ ਤੇ ਤੁਸੀਂ ਕਿੱਦਾਂ ਤੁਹਾਨੂੰ ਲੱਗਿਆ ਵੀ ਇਦਾਂ ਦਾ ਸੌਂਗ ਲਿਖਣਾ ਚਾਹੀਦਾ ਇਹ ਮੇਰੇ ਦਿਮਾਗ ਚ ਆਏ ਜੀ ਇੱਕ ਗਰੀਬ ਤੇ ਅਮੀਰ ਹੁੰਦਾ ਜੋ ਅਮੀਰ ਬੰਦੇ ਕੋਲੇ ਪੈਸੇ ਹੁੰਦੇ ਆ 500 ਵੀ ਟੇਕ ਦਿੰਦਾ 1000 ਵੀ ਟੇਕ ਜਾਂਦਾ ਤੇ ਗਰੀਬ ਵਿਚਾਰਾ ਕਿੱਥੋਂ ਟੇਕ ਲਿਆ ਜੀ ਦਿਹਾੜੀ ਕਰਕੇ ਰੋਟੀ ਖਾਣੀ ਉਹਦੇ ਲਈ ਬੜਾ ਮੁਸ਼ਕਲ ਹੁੰਦਾ ਪਰ ਉਹਨੂੰ ਪਿਆਰ ਬਹੁਤ ਹੁੰਦਾ ਉਹਦੇ ਦਿਮਾਗ ਦੇ ਵਿੱਚ ਹੁੰਦੀ ਕਿ ਮੈਂ ਰੱਬ ਨੂੰ ਪਾਉਣਾ ਹੀ ਪਾਉਣਾ ਹੈ ਇਹ ਗੀਤ ਮੈਂ ਇਸ ਤਰ੍ਹਾਂ ਲਿਖਿਆ ਤੁਹਾਡੇ ਵਰਗੀ ਜਵਾਨ ਲੜਕੀ ਸੀਗੀ ਉਹਦੇ ਦਿਲ ਵਿੱਚ ਆਪਣੇ ਗੁਰੂਆਂ ਲਈ ਬੜਾ ਪਿਆਰ ਸੀ ਹਰ ਰੋਜ਼ ਗੁਰਦੁਆਰੇ ਜਾਂਦੀ ਸੀ ਜਾਂਦੀ ਜਾਂਦੀ ਬਹੁਤ ਕੋਸ਼ਿਸ਼ ਕੀਤੀ ਕਿ ਮੈਂ ਰੱਬ ਨੂੰ ਪਾਵਾਂ ਪਰ ਉਹਦੇ ਮਨ ਦੀ ਇੱਛਾ ਸੀ ਜਿਹੜੀ ਉਦਾਸ ਹੋ ਜਾਂਦੀ ਸੀ ਕਿ ਜਦੋਂ ਮੈਂ ਗੁਰਦੁਆਰੇ ਜਾਂਦੀ ਐ ਤੇ ਮੈਂ ਆਮ ਲੋਕਾਂ ਨੂੰ ਦੇਖਦੀ ਐ ਕੋਈ 500 ਸਿਰ ਦਾ ਕੋਈ ਹਜ਼ਾਰ ਮੱਥਾ ਟੇਕਦਾ ਤੇ ਮੇਰੇ ਕੋਲ ਕੁਝ ਨਹੀਂ ਹੁੰਦਾ ਤਾਂ ਮੇਰੇ ਮਨ ਵਿੱਚ ਇਹ ਆਉਂਦੀ ਐ ਕਿ ਰਾਮ ਨੇ ਮੈਨੂੰ ਕਿੱਥੇ ਮਿਲਣਾ ਪਰ ਉਹਨੇ ਆਪਣੀ ਜਿੱਦ ਨਹੀਂ ਛੱਡੀ ਬੁੱਢੀ ਹੋ ਗਈ ਖੁੰਡੀ ਤੇ ਚੱਲਣ ਲੱਗ ਗਈ ਫੇਰ ਵੀ ਉਹ ਜਾਣੋਂ ਨਹੀਂ ਹਟੀ ਤੇ ਉੱਥੇ ਜਾ ਕੇ ਸਵਾਲ ਕਰਦੀ ਹੈ ਹੇ ਗੁਰੂ ਜੀ ਤੁਸੀਂ ਮੈਨੂੰ ਕਿਉਂ ਨਹੀਂ ਮਿਲਦੇ ਕਿ ਮੈਂ ਗਰੀਬ ਐ ਤਾਂ ਕਰਕੇ ਨਹੀਂ ਮੈਨੂੰ ਮਿਲਦੇ ਤੇ ਆਵਾਜ਼ ਆਉਂਦੀ ਹੈ ਨਹੀਂ ਤੂੰ ਗਰੀਬ ਨਹੀਂ ਤੂੰ ਬਹੁਤ ਅਮੀਰ ਹੈ ਤੂੰ ਸਭ ਕੁਝ ਪਾ ਲਿਆ ਉਹ ਬੜੀ ਖੁਸ਼ ਹੋ ਕੇ ਵਾਪਸ ਆਈ ਉਹ ਇਹ ਉਸ ਤੇ ਗੀਤ ਲਿਖਿਆ ਹੋਇਆ ਹੈ। ਬਹੁਤ ਸਰ ਬਹੁਤ ਵਧੀਆ ਸਰ। ਅਸੀਂ ਤਾਂ ਹਜੇ ਤੱਕ ਵੀ ਉਸ ਅਸਰ ਤੋਂ ਬਾਹਰ ਨਹੀਂ ਹੈ ਜਿਹੜਾ ਤੁਸੀਂ ਇੱਕ ਮਾਹੌਲ ਸਿਰਜਿਆ। ਇੱਕ ਸੂਫੀਆਨਾ ਮਾਹੌਲ ਬਹੁਤ ਅੱਛਾ ਸਰ। ਔਰ ਜਿਹੜਾ ਤੁਸੀਂ ਇਹ ਨਾਲ ਤੁੰਬੇ ਨੂੰ ਪਲੇ ਕਰ ਰਹੇ ਹੋ ਇਹ ਵੀ ਬਹੁਤ ਅੱਛੀ। ਤੁੰਬੀ ਵੀ ਸਰ ਨਾਲ ਪਲੇ ਕਰ ਲੈਂਦੇ ਹੋ। ਹਾਂ ਤੁੰਬੀ ਮੈਂ ਕਰ ਲੈਣਾ ਪੂਰੀ ਕਰ ਲੈਣਾ। ਬੜੀ ਵਧੀਆ ਤਰੀਕੇ ਨਾਲ। ਅੱਛਾ ਜੀ। ਮਤਲਬ ਲਾਈਵ ਪਰਫਾਰਮੈਂਸ 'ਚ ਵੀ ਤੁਸੀਂ ਯੂਜ਼ ਕਰਦੇ ਹੋ। ਹਾਂਜੀ ਹਾਂਜੀ। ਓਕੇ। ਤੇ ਸਰ ਲਾਈਵ ਪਰਫਾਰਮੈਂਸ ਤੋਂ ਜ਼ਿਆਦਾ ਮਤਲਬ ਤੁਸੀਂ ਕੈਸਟਾਂ ਦੇ ਨਾਲ-ਨਾਲ ਬਹੁਤ ਸਾਰੇ ਪ੍ਰੋਗਰਾਮ ਵੀ ਕਰੇ ਹੋਣੇ ਆਸੀਂ ਆ ਸਨਮਾਨ ਵੀ ਦੇਖ ਰਹੇ ਐ ਨਾ ਬਾਰੇ ਵੀ ਚਰਚਾ ਕਰਦੇ ਆ ਤੇ ਮਤਲਬ ਕਦੋਂ ਤੋਂ ਫਿਰ ਸਾਰੇ ਸ਼ੁਰੂਆਤ ਹੋਈ ਸਟੇਜਾਂ ਬਾਰੇ ਉਹਦੇ ਬਾਰੇ ਦੱਸੋ ਜੀ ਬਚਪਨ ਤੋਂ ਇਹ ਅਸਲੀ ਤੌਰ ਤੇ ਬਚਪਨ ਤੋਂ ਮੈਂ ਗਾਉਂਦਾ ਆ ਤੇ ਮੈਨੂੰ ਇੱਕ ਦੋਸਤ ਮਿਲਿਆ ਸੀ ਬਠਿੰਡੇ ਤੋਂ ਜਿਹੜਾ ਕਿ ਮੈਂ ਉਹਦੇ ਨਾਲ ਗੱਲ ਕੀਤੀ ਤਾਂ ਮੈਨੂੰ ਉਹ ਕਹਿਣ ਲੱਗਾ ਵੀ ਤੂੰ ਮੇਰੇ ਨਾਲ ਚੱਲਿਆ ਕਰ ਜੀ ਸਰ ਸਟੇਜਾਂ ਤੇ ਗਾਇਆ ਕਰ ਪਰ ਮੈਂ ਸਿੱਖਿਆ ਉਹ ਤਾਂ ਕੁਝ ਨਹੀਂ ਸੀਗਾ ਜੀ ਸਰ ਤੇ ਉਹ ਮੈਨੂੰ ਫਾਜ਼ਿਲ ਕੇ ਪਹਿਲੀ ਸਟੇਜ ਤੇ ਲੈ ਕੇ ਗਿਆ ਜੀ ਸਰ ਬੜੇ ਵੱਡੇ ਵੱਡੇ ਕਲਾਕਾਰ ਆਏ ਤੇ ਮੈਂ ਵੀ ਤਿਆਰ ਹੋ ਕੇ ਬੈਠਾ ਪਰ ਮੇਰੀ ਅੱਖਾਂ 'ਚ ਪਾਣੀ ਮੈਂ ਸੋਚੀ ਜਾਵਾ ਗਰਮੇਲ ਸਿੰਘ ਤੂੰ ਕਿੱਥੇ ਫਸ ਗਿਆ ਤੇਰੇ ਨਾਲੋਂ ਵਧੀਆ-ਵਧੀਆ ਕਲਾਕਾਰ ਗਾ-ਗਾ ਕੇ ਜਾ ਰਹੇ ਐ ਤੇ ਤੂੰ ਕਦੇ ਗਾਇਆ ਨਹੀਂ ਤੂੰ ਸਟੇਜ ਤੇ ਕਿਵੇਂ ਉਤਰੇਗਾ ਮੇਰਾ ਦਿਲ ਕਰੇ ਮੈਂ ਕਾਰ ਲਵਾਂ ਤੇ ਫਰੀਦਕੋਟ ਵਾਪਸ ਚਲਾ ਜਾਣਾ ਹਾਂਜੀ ਕਿਉਂਕਿ ਆਪਾਂ ਤਾਂ ਗਾ ਨਹੀਂ ਹੋਣਾ ਨਰਵਸ ਹੋ ਗਿਆ ਨਰਵਸ ਹੋ ਗਿਆ ਮੈਂ ਤੇ ਕੁਦਰਤੀ ਤੌਰ ਤੇ ਉਹਨਾਂ ਨੇ ਮੇਰਾ ਨਾਮ ਬੋਲ ਦਿੱਤਾ ਜੀ ਸਰ ਜਦ ਨਾ ਬੋਲਿਆ ਤੇ ਬਹੁਤ ਪਰੇਸ਼ਾਨ ਮਿਨਿਸਟਰੀ ਤੇ ਜਾਣਾ ਪਿਆ ਚਲੋ ਜੀ ਮੈਂ ਸਾਰਿਆਂ ਨੂੰ ਸਤਸ੍ਰੀਕਾਲ ਬੁਲਾਈ ਤੇ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਆਪਣੇ ਗੀਤ ਨੂੰ ਕਿਸ ਤਰੀਕੇ ਨਾਲ ਮੈਂ ਚੱਕਣਾ ਔਰ ਉਸ ਤੋਂ ਪਹਿਲਾਂ ਮੈਂ ਬੋਲ ਕੇ ਉਹਨਾਂ ਨੂੰ ਦੱਸ ਦਿੱਤਾ ਕਿ ਮੈਂ ਥੋੜੀ ਆਵਾਜ਼ ਦੇ ਵਿੱਚ ਕਿ ਮੈਂ ਇਸ ਤਰ੍ਹਾਂ ਕਰਕੇ ਗਾਉਣਾ ਹੈ ਤਾਂ ਕਿ ਜਿੰਨੇ 뮤ਜ਼ਿਕ ਵਾਲੇ ਸੀ ਉਹਨਾਂ ਨੂੰ ਪਤਾ ਲੱਗ ਗਿਆ ਹਾਂਜੀ ਤੇ ਉੱਥੇ ਮੈਂ ਗਾਇਆ ਸੀ ਤੇਰੇ ਨਹੀਂ ਕਰਾਰਾ ਮੈਨੂੰ ਪੱਟਿਆ ਦੱਸ ਮੈਂ ਕੀ ਪਿਆਰ ਵਿੱਚੋਂ ਖਟਿਆ ਮਤਲਬ ਲੋਕਾਂ ਨੇ ਇੰਨਾ ਪਿਆਰ ਦਿੱਤਾ ਜਦੋਂ ਮੈਂ ਇਹ ਕੱਢੀ ਤੇ ਜਿੰਨੇ ਵੀ ਲੋਕ ਖੜੇ ਸੀਗੇ ਉੱਠ ਕੇ ਤਾੜੀਆਂ ਮਾਰਨ ਲੱਗੇ ਜਿੰਨਾ ਚਿਰ ਮੈਂ ਗਾਉਂਦਾ ਰਿਹਾ ਉਹਨਾਂ ਨੇ ਥੱਲੇ ਨਹੀਂ ਬੈਠੇ ਤਾੜੀਆਂ ਤੇ ਤਾੜੀਆਂ ਉਸ ਤੋਂ ਮੇਰਾ ਕਾਫੀ ਹੌਸਲਾ ਵਧ ਗਿਆ ਕਿ ਮੈਂ ਗਾ ਸਕਦਾ ਅੱਛਾ ਜੀ ਹਾਂ ਮਤਲਬ ਪਹਿਲਾ ਪ੍ਰੋਗਰਾਮ ਕਹਦੀ ਵੀ ਫਾਜ਼ਲ ਕੇ ਪ੍ਰੋਗਰਾਮ ਚ ਮਤਲਬ ਮੈਨੂੰ ਇੰਨਾ ਹੌਸਲਾ ਮਿਲਿਆ ਇੰਨਾ ਹੌਸਲਾ ਦਿੱਤਾ ਕਿ ਮੈਂ ਆਪਣੇ ਕੰਨੀ ਸੁਣਿਆ ਸੀਗਾ ਉਹ ਕਹਿ ਰਹੇ ਸੀ ਯਾਰ ਕਲਾਕਾਰ ਹੋਣ ਤਾਂ ਇਹੋ ਜਿਹੀ ਹੋਣ ਤੇ ਮੈਨੂੰ ਮਤਲਬ ਬਹੁਤ ਖੁਸ਼ੀ ਹੋਈ ਉਸ ਟਾਈਮ ਤੇ ਬਹੁਤ ਵੱਡੀ ਗੱਲ ਸਰ ਬਹੁਤ ਵੱਡੀ ਗੱਲ ਇਹ ਉਦੋਂ ਕਿੰਨੀ ਉਮਰ ਹੋਣੀ ਸਰ ਤੁਹਾਡੀ ਇਹ ਕੋਈ ਹੈਗੀ ਐ ਮੇਰਾ ਖਿਆਲ 20 ਸਾਲ ਦੀ ਪੁਰਾਣੀ ਗੱਲ ਹੋਣੀ ਐ ਉਦੋਂ ਮੈਂ ਬਾਹਰ ਰਹਿੰਦਾ ਹੁੰਦਾ ਸੀ ਤੇ ਜਦੋਂ ਥੋੜਾ ਬਹੁਤਾ ਟਾਈਮ ਮਿਲਦਾ ਸੀ ਮੈਨੂੰ ਮਹੀਨਾ 2 ਮਹੀਨੇ ਮੈਂ ਇੱਥੇ ਆਉਂਦਾ ਸੀ ਉਦੋਂ ਮੈਂ ਜਾਵੜਦਾ ਸੀ ਉਹਨਾਂ ਦੇ ਨਾਲ ਤੇ ਤਕਰੀਬਨ ਹਫ਼ਤੇ 'ਚ ਅਸੀਂ 2 ਜਾਂ 3 ਸਟੇਜਾਂ ਲਾਉਂਦੇ ਸੀਗੇ ਜੀ ਸਰ ਨੀ ਇਹ ਆਵਾਜ਼ ਤਾਂ ਤੁਹਾਡੀ ਸਾਨੂੰ ਵੀ ਬਹੁਤ ਅੱਛੀ ਲੱਗ ਰਹੀ ਹੈ ਕਿਉਂਕਿ ਬਹੁਤ ਖੁੱਲੀ ਆਵਾਜ਼ ਤੁਹਾਡੀ ਸਰ ਮੈਨੂੰ ਸਾਨੂੰ ਮਹਿਸੂਸ ਹੋ ਰਹੀ ਹੈ ਕੋਤ ਨੂੰ ਕਿਉਂ ਜੀ ਬਹੁਤ ਖੁੱਲੀ ਆਵਾਜ਼ ਆਰ ਬੜੀ ਰਸਾਇਕ ਆਵਾਜ਼ ਦੇ ਵਿੱਚ ਸਰ ਨੇਚੁਰਲੀ ਰਸ ਸਾਨੂੰ ਲੱਗ ਰਿਹਾ ਤੇ ਸਾਰੇ ਮਤਲਬ ਬਹੁਤ ਸਾਰੇ ਅਸੀਂ ਦੇਖ ਰਹੇ ਹਾਂ ਸਨਮਾਨ ਚਿੰਨ ਆਪਣੇ ਘਰ ਪਏ ਨੇ ਤੇ ਇਹਨਾਂ ਬਾਰੇ ਵੀ ਥੋੜਾ ਜਿਹਾ ਚਾਨਣਾ ਪਾਓ ਜੀ ਇਹ ਬਸ ਉਦੋਂ ਮੇਲੇ ਲਾਉਂਦੇ ਹੁੰਦੇ ਸੀ ਅਸੀਂ ਤੇ ਮੇਲਿਆਂ ਤੇ ਮੈਨੂੰ ਤਕਰੀਬਨ ਇਹ ਮਿਲਦੇ ਹੁੰਦੇ ਸੀਗੇ ਤੇ ਮੈਨੂੰ ਇਹ ਵੀ ਯਾਦ ਹੈ ਉੱਥੇ ਇੱਕ ਕਲਾਕਾਰ ਸੀਗੀ ਉਹ ਮੈਨੂੰ ਆਖਿਆ ਕਰੇ ਬਾਈ ਜੀ ਤੁਸੀਂ ਨਾ ਆਇਆ ਕਰੋ ਸਾਡੀ ਟੌਰ ਖਰਾਬ ਕਰ ਦਿੰਦੇ ਆ ਮੈਂ ਬਾਈ ਮੈਂ ਤੁਹਾਡੀ ਟੌਰ ਨਹੀਂ ਖਰਾਬ ਕਰਦਾ ਮੈਂ ਤਾਂ ਤੁਹਾਡੀ ਇੱਜ਼ਤ ਬਣਾਉਣਾ ਹੈ ਕਿ ਤੁਹਾਡੇ ਨਾਲ ਮੈਂ ਆ ਕੇ ਤੁਹਾਡਾ ਵਧੀਆ ਪ੍ਰੋਗਰਾਮ ਹੁੰਦਾ ਹੈ ਹਾਂਜੀ 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 ਕੀ ਬਾਤ ਤੇ ਮਤਲਬ ਮੇਰਾ ਉਸ ਤਰੀਕੇ ਨਾਲ ਕਾਫੀ ਹੌਸਲਾ ਵੱਧਦਾ ਸੀ ਕਿ ਮੈਂ ਗਾ ਸਕਦਾ ਜੀ ਸਰ ਤੇ ਸਰ ਤੁਸੀਂ ਤੁਹਾਡੇ ਇੱਧਰ ਤੇ ਅਸੀਂ ਪ੍ਰੋਗਰਾਮ ਦੇਖਦੇ ਰਹੇ ਹਾਂ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਤੇ ਤੁਸੀਂ ਹੱਦਾਂ ਸਰਹੱਦਾਂ ਤੋਂ ਪਾਰ ਵੀ ਫਿਰ લાય ਹੁਣੇ ਸਰ ਬਹੁਤ ਸਾਰੇ ਪ੍ਰੋਗਰਾਮ ਨਹੀਂ ਉਧਰ ਮੇਰਾ ਬਿਜ਼ਨਸ ਹੀ ਐਸਾ ਸੀ ਕਿ ਮੈਨੂੰ ਟਾਈਮ ਹੀ ਨਹੀਂ ਮਿਲਿਆ ਗਾਇਕੀ ਦੇ ਵਿੱਚ ਜੀ ਸਰ ਬਿਲਕੁਲ ਨਹੀਂ ਟਾਈਮ ਮਿਲਿਆ ਇਹ ਤਾਂ ਮੈਂ ਆ ਕੇ ਇੰਡੀਆ ਦੇ ਵਿੱਚ ਜਦੋਂ ਆਉਂਦਾ ਹੀ ਉਦੋਂ ਸ਼ੁਕਰ ਕਰ ਜਾਂਦਾ ਸੀ ਤੇ ਮੈਂ ਜ 스ਪਿੰਨਰ ਨਰੂਲਾ ਦੇ ਨਾਲ ਡਿਊਟ ਗਾਏ ਆ ਉਹ ਗਾ ਕੇ ਚਲਾ ਗਿਆ ਉਧਰ ਵਾਪਸ ਫੇਰ ਚਲਾ ਗਿਆ ਉਹ ਮਤਲਬ ਇਸ ਤਰ੍ਹਾਂ ਕਰਕੇ ਮੈਨੂੰ ਟਾਈਮ ਨਹੀਂ ਮਿਲਿਆ ਹੁਣ ਥੋੜਾ ਜਿਹਾ ਟਾਈਮ ਮਿਲਿਆ ਹੈਗਾ ਇਹ ਨਰੂਲਾ ਜੀ ਨਾਲ ਫਿਰ ਸਰ ਕਦੋਂ ਕੀ ਸਬੱਬ ਬਣਿਆ ਕਿਹੜੇ ਦੌਰ ਦੀ ਗੱਲ ਆ ਉਹਦੇ ਬਾਰੇ ਥੋੜਾ ਜਿਹਾ ਇਹ ਨਾ ਤਾਂ ਮੈਨੂੰ ਯਾਦ ਨਹੀਂ ਕਾਫੀ ਪਹਿਲਾਂ ਪਹਿਲਾਂ ਸ਼ਿਰੂ ਸ਼ਿਰੂ ਚ ਮੈਂ ਕੀਤਾ ਸੀ ਇਹ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਬਹੁਤ ਅੱਛਾ ਹੋਰ ਅਮਨ ਜੀ ਹਾਂਜੀ ਤੁਸੀਂ ਮਤਲਬ ਤੁਹਾਡੇ ਸਾਰੇ ਗਾਣਿਆਂ ਦੇ ਵਿੱਚ ਜਮਲਾ ਜੀ ਟੱਚ ਮਤਲਬ ਤੁਸੀਂ ਲੱਗਦਾ ਜਮਲਾ ਜੀ ਨੂੰ ਕਾਫੀ ਪਿਆਰ ਕਰਦੇ ਹੋ ਤੁਹਾਡੀ ਆਵਾਜ਼ ਦੇ ਵਿੱਚ ਉਹਨਾਂ ਦੀ ਆਵਾਜ਼ ਹੀ ਗੂੰਜਦੀ ਆ ਤੇ ਬੜਾ ਚੰਗਾ ਲੱਗਦਾ ਉਹਨਾਂ ਦੀ ਬਾਤ ਚ ਕੋਈ ਸੌਂਗ ਸੁਣਾ ਦਿਓ ਸਾਨੂੰ ਦੋ ਬੋਲ ਲਓ ਇਹ ਸੁਣਾ ਦਿੰਦੇ ਆ ਓ ਸਮਹਿ ਕੀ ਪਿਆਰ ਵਿੱਚੋਂ ਖਟਿਆ ਤੂੰ ਤੇਰੇ ਦੀ ਕਰਾ ਮੈਨੂੰ ਪਟਿਆਈ ਓ ਬਹੁਤ ਅੱਛਾ ਜੀ ਬਹੁਤ ਵਧੀਆ ਯਾਦ ਕਰਾ ਦਿੱਤੀ ਜਮਲਾ ਸਾਹਿਬ ਦੀ ਕਿਉਂਕਿ ਅੱਜ ਕੱਲ ਜੋ ਕੇ ਨੌਜਵਾਨਾਂ ਨੂੰ ਇਹ ਪ੍ਰਾਤਨ ਸਾਜ਼ਾਂ ਬਾਰੇ ਬਹੁਤ ਘੱਟ ਨੌਲੇਜ ਵੀ ਆ ਤੇ ਅਸੀਂ ਮਨਲਾ ਦਾ ਭਾਗਾਂ ਵਾਲੇ ਸਮਝਦੇ ਆ ਕਿ ਇਹ ਦਰਸ਼ ਨਹੀਂ ਕਰ ਲੈ ਐਡਾ ਪ੍ਰਾਤਨ ਸਾਜ਼ਿਆ ਤੁੰਬਾ ਜੀ ਨੂੰ ਕਹਿੰਦੇ ਅਸੀਂ ਹਨ ਕਿੰਨੇ ਸਰ ਤੇ ਸਰ ਹੋਰਾਂ ਕੋਲ ਤੁੰਬੀ ਵੀ ਪਈ ਆ ਸਰ ਤੁੰਬੀ ਦਾ ਵੀ ਇਸਤੇਮਾਲ ਕਰਦੇ ਨੇ ਤੁੰਬਾ ਹਰਮੋਨੀਅਮ ਵਗੈਰਾ ਕਾਫੀ ਸਾਜ਼ਾਂ ਦਾ ਸਰ ਪ੍ਰਯੋਗ ਕਰਦੇ ਨੇ ਔਰ ਬੜੀ ਵੱਡੀ ਗੱਲ ਆ ਪ੍ਰਾਤਨ ਸਾਜ਼ਾਂ ਨੂੰ ਐਮੀਅਤ ਦੇਣਾ ਕਿਉਂਕਿ ਅੱਜ ਕੱਲ ਦੀ ਜੋ ਕੀ ਗਾਇਕੀ ਤਾਂ ਅਸੀਂ ਸਮਝਦੇ ਆ ਕਿ ਸਾਜ਼ਾਂ ਇਹਠੀ ਗਵਾਚ ਕੇ ਰਹਿ ਤੇ ਰੌਲਾ ਜਿਆਦਾ ਹੁੰਦਾ ਪਰ ਆਹ ਜਿਹੜਾ ਸਕੂਨ ਹੈ ਜਿਹੜੀ ਮਿਠਾਸ ਇਹ ਸਾਨੂੰ ਸਰ ਹੋਰਾਂ ਜੀ ਤੋਂ ਮਿਲ ਰਹੀ ਹੈ ਤੇ ਸਰ ਤੁਸੀਂ ਆਪਣੀ ਫਿਰ ਪੜ੍ਹਾਈ ਬਾਰੇ ਥੋੜਾ ਜਆ ਚਾਣਨਾ ਪਾਉਗੇ ਜੀ ਮੈਂ ਪਲੱਸ 2 ਕੀਤੀ ਹੈ ਇਧਰੋਂ ਸਰ ਹਾਂਜੀ ਅੱਛਾ ਉਸ ਤੋਂ ਫਿਰ ਬਾਹਰ ਚਲਾ ਗਿਆ ਫਿਰ ਉੱਥੇ ਸਵਿਡੀ ਸਿੱਖਣੀ ਪਈ ਕੁਝ ਟਾਈਮ ਵਾਸਤੇ ਓਕੇ ਜੀ ਤੇ ਉਹ ਸਵਿਡੀ ਚੱਕ ਜਿਹਨਾਂ ਸਰ ਸਵਿਡੀ ਨਹੀਂ ਸਕਦਾ ਉਹਨਾਂ ਚਿਰ ਬੰਦੇ ਨੂੰ ਕੰਮ ਨਹੀਂ ਦਿੰਦੇ ਉੱਥੇ ਠੀਕ ਹੈ ਇਸਾਰੇ ਜਿਹੜੀ ਗੀਤ ਲਿਖਣ ਦੀ ਚੇਨਿੰਗ ਸਾਰੇ ਕਦੋਂ ਤੋਂ ਗੀਤ ਗੀਤ ਵੀ ਕਦੋਂ ਤੋਂ ਲਿਖ ਰਹੇ ਹੋ ਇਹ ਮੈਂ ਲਿਖਦਾ ਹੁੰਦਾ ਸੀ ਪੰਜਵੀਂ ਛੇਵੀਂ ਚੋਂ ਲਿਖਣੀ ਸ਼ੁਰੂ ਕਰਤੇ ਸੀ ਪਰ ਮੈਨੂੰ ਪਿੰਗਲ ਦੇ ਬਾਰੇ ਕੋਈ ਗਿਆਨ ਨਹੀਂ ਸੀਗਾ ਉਹ ਮੈਂ ਇੱਥੇ ਆ ਕੇ ਥੋੜਾ ਮੈਨੂੰ ਪਤਾ ਲੱਗਾ ਫੇਰ ਲਿਖਣੀ ਸ਼ੁਰੂ ਕੀਤੀ ਉਹ ਉਹਦੇ ਬਾਰੇ ਅੱਛਾ ਮਤਲਬ ਗੋਰ ਸਰਚ ਕਰਿਆ ਜਾਂ ਕਿੱਦਾਂ ਇਹਦੇ ਵਿੱਚ ਫਿਰ ਪਰਪੱਕ ਇਹ ਨਹੀਂ ਕੁਝ ਮੁੰਡਿਆਂ ਨੇ ਜਦ ਮੈਂ ਉਹਨਾਂ ਨੂੰ ਗੀਤ ਦਿਖਾਏ ਉਹ ਕਹਿੰਦੇ ਭਾਈ ਇਸ ਤਰ੍ਹਾਂ ਨਹੀਂ ਲਿਖੀਂਦੇ ਵੀ ਇਹਦੇ ਵਿੱਚ ਐਂ ਲਿਖਿਆ ਕਰ ਐਂ ਲਿਖਿਆ ਕਰ ਐਂ ਲਿਖਿਆ ਕਰ ਉਹ ਫਿਰ ਮੈਂ ਆਪਣੇ ਆਪ ਜੀ ਸਰ ਮਤਲਬ ਕੰਪੋਜ਼ ਵੀ ਆਪ ਹੀ ਕਰਦੇ ਹੋ ਜੀ ਹਾਂ ਸਾਰਾ ਕੁਝ ਮੈਂ ਆਪ ਹੀ ਕਰਦਾ ਹੁਣ ਮੈਂ ਆਪਣੇ ਤਿੰਨ ਗੀਤ ਹੈ ਜਿਹੜੇ ਪਾਕਿਸਤਾਨ ਤੋਂ ਮਿਊਜ਼ਿਕ ਬਣ ਕੇ ਆ ਰਿਹਾ ਉਹਦੇ ਚ ਤੁਹਾਨੂੰ ਮੈਂ ਇੱਕ ਗੀਤ ਸੁਣਾਉਣਾ ਜੀ ਜੀ ਸਰ ਦਿਲਵਾਲ ਦੁਖੜਾ ਓਏ ਦਿਲਵਾਲ ਦੁਖੜਾ ਖੋਲ ਕੇ ਸੁਣਾਈ ਦਾ ਓ ਦਿਲ ਵਾਲਾ ਦੁੱਖੜਾ ਖੋਲ ਕੇ ਸੁਣਾਈ ਦਾ ਦਿਲ ਵਿੱਚ ਰੱਖਿਆ ਯਾਰਾ ਖੁਣ ਨੇ ਸੁਕਾਈ ਦਾ ਖੋਲ ਦਿਲ ਵਾਲਾ ਦੁੱਖੜਾ ਖੋਲ ਕੇ ਸੁਣਾਈ ਦਾ ਓ ਖੋਲ ਕੇ ਸੁਣਾਈ ਦਾ ਸੱਚੇ ਪਿਆਰ ਵਾਲੀ ਜਦੋਂ टुटी तारो आहे सजण सजण सचे प्यार वाली जुट सुना सुना लॻंदौसा तूं रखियारा न घबराईंद ਦੇਲਵਾਨਾ ਦੁਖੜਾ ਖੋਲ ਕੇ ਸੁਣਾਈਦਾ ਓਏ ਖੋਲ ਕੇ ਸੁਣਾਈਦਾ ਦਿਲ ਵਿੱਚ ਰੱਖਿਆ ਯਾਰਾ ਖੁੜ ਨਹੀਂ ਸਕਾਈਦਾ ਹੋਏ ਦਿਲਵਾਨਾ ਦੁਖੜਾ ਖੋਲ ਕੇ ਸੁਣਾਈਦਾ ਓਏ ਖੋਲ ਕੇ ਸੁਣਾਈਦਾ ਤਾਂ ਬਹੁਤ ਪਿਆਰਾ ਪਰ ਮੈਂ ਇਦਾਂ ਦਾ ਗੀਤ ਮੈਨੂੰ ਲੱਗਦਾ ਇੱਕ ਆਲਮ ਨਿਹਾਰ ਸਾਹਿਬ ਦਾ ਸੁਣਿਆ ਉਹਨਾਂ ਦਾ ਹੈਗਾ ਵੀ ਦਿਲ ਵਾਲਾ ਦੁੱਖੜਾ ਨਹੀਂ ਕਿਸੇ ਨੂੰ ਸੁਣਾਈਦਾ ਤੇ ਆਪਣੀਆਂ ਸੋਚਾਂ ਵਿੱਚ ਆਪੇ ਡੁੱਬ ਜਾਈਦਾ ਤੇ ਤੁਸੀਂ ਇਹਨੂੰ ਪੋਜ਼ਿਟਿਵ ਵੇ ਨਾਲ ਲਿਆ ਤੇ ਮੈਨੂੰ ਇਹਦੇ ਬਾਰੇ ਦੀ ਕੀ ਕਹਾਣੀ ਸਰ ਦੱਸੋ ਆ ਉਹਨਾਂ ਨੇ ਆਪਣੀ ਤਰੀਕੇ ਨਾਲ ਗਾਇਆ ਜਿਸ ਤਰ੍ਹਾਂ ਉਹਨਾਂ ਨੂੰ ਚੰਗਾ ਲੱਗਿਆ ਪਰ ਮੇਰੀ ਸੋਚ ਜਿਹੜੀ ਹੋਰ ਤਰੀਕੇ ਦੀ ਹੈ ਜੇ ਆਪਾਂ ਡਾਕਟਰ ਨੂੰ ਆਪਣਾ ਇਲਾਜ ਨਹੀਂ ਦੱਸਾਂਗੇ ਡਾਕਟਰ ਨੂੰ ਕੀ ਬਿਮਾਰੀ ਹੈ ਆਪਣਾ ਉਹਨੂੰ ਦੱਸਾਂਗੇ ਤਾਂ ਉਹਨੇ ਆਪਣਾ ਇਲਾਜ ਤਾਂ ਹੀ ਕਰਨਾ ਉਹ ਕਹਿੰਦੇ ਵੀ ਜੇ ਇਸ ਤੋਂ ਪਹਿਲਾਂ ਕਿ ਡਾਕਟਰ ਤੁਹਾਡਾ ਦਿਲ ਖੋਲੇ ਤੇ ਉਹਨੂੰ ਪਹਿਲਾਂ ਯਾਰਾਂ ਦੋਸਤਾਂ ਨਾਲ ਖੋਲ ਲਓ ਆਹਾ ਫੇਰ ਹੀ ਖੁਸ਼ੀ ਮਿਲਦੀ ਹੈ ਨਾ ਦੇਖੋ ਤੁਸੀਂ ਅੰਦਰੇ ਅੰਦਰ ਸੜੀ ਜਾਓਗੇ ਅੰਦਰ ਅੰਦਰ ਤੁਹਾਡਾ ਖੂਨ ਸੁੱਕੀ ਜਾਏਗਾ ਤੁਸੀਂ ਮਰ ਜੂਗੇ ਉਸ ਗੀਤ ਆਪਣਾ ਬਿਮਾਰੀ ਦਾ ਤੁਸੀਂ ਡਾਕਟਰ ਨੂੰ ਦੱਸ ਦਿਓਗੇ ਤੇ ਉਹਨੂੰ ਇਲਾਜ ਕਰਨਾ ਸੌਖਾ ਤੁਹਾਡੇ ਵਾਸਤੇ ਜੀ ਸਰ ਜੀ ਠੀਕ ਹੋ ਜਾਓਗੇ ਜੀ ਸਰ ਤੇ ਇਹ ਸਰ ਹੁਣ ਗੀਤ ਆ ਰਿਹਾ ਆਪਣਾ ਜੀ ਬਹੁਤ ਹਾਂ ਆ ਰਿਹਾ ਜਲਦੀ ਆ ਰਿਹਾ अच्छा जी ਤੁਸੀਂ ਇਹਦੀ ਰਿਕਾਰਡਿੰਗ ਬਾਰੇ ਕੁਝ ਦੱਸ ਰਹੇ ਸੀ ਕਿ ਇਹ ਜੀ ਪਾਕਿਸਤਾਨ ਤੋਂ 뮤ਜ਼ਿਕ ਇਹਦਾ ਹੋਇਆ ਓਕੇ ਜੀ ਬਹੁਤ ਹੀ ਅੱਛੇ ਇਨਸਾਨ ਆ ਉਹ ਕਿੰਨਾ ਨੇ ਕਰਿਆ ਜੀ ਕੁਝ ਇਹ ਜੀ ਤਾਹਰਕ ਸਾਹਿਬ ਵਜਦੇ ਨੇ ਤਾਹਰ ਹਾਂਜੀ ਤੇ ਇਹ ਸਰ ਫਿਰ ਉਦਾਂ ਕਿਦਾਂ ਦਾ ਸਬੱਬ ਬਣਿਆ ਮਤਲਬ ਤੁਸੀਂ ਉਧਰ ਰਿਕਾਰਡਿੰਗ ਕਰਕੇ ਆਏ ਜਾਂ ਇਧਰੋਂ ਸਾਰੇ ਕਿਦਾਂ ਨਹੀਂ ਰਿਕਾਰਡਿੰਗ ਤਾਂ ਇਧਰ ਹੀ ਭੇਜੀ ਹੈਗੀ ਐ ਤੇ 뮤ਜ਼ਿਕ ਉਹਨਾਂ ਨੇ ਕੀਤਾ ਹੈ ਠੀਕ ਹੈ ਜੀ ਠੀਕ ਹੈ ਚਲੋ ਬਹੁਤ ਅੱਛਾ ਸਰ ਰਮਨ ਸਰ ਜਿਹੜੇ ਆਪਣੇ ਮਤਲਬ ਪੁਰਾਣਾ ਕਲਚਰ ਜਿੱਦਾਂ ਪੁਰਾਣੇ ਹੀ ਰਾਂਝਾ ਉਦਾਂ ਦਾ ਕੁਝ Song ਕੁਝ ਹੈ ਦਿਮਾਗ 'ਚ ਕੋਈ ਤੁਹਾਡੇ ਕਿੱਸਾ ਕਿੱਸਾ ਹਾਂ ਹੈ ਹਾਂਜੀ ਉਹ ਮੈਂ ਤੁਹਾਨੂੰ ਥੋੜਾ ਸੁਣਾਉਣਾ ਹੈ ਹਾਂਜੀ वे ओर जो वे मैनू ले चल जो बि अवे मत तेरे इश्क जी मारी मैनू ले चल जो बि अवे मत तेरे इश्क जी मारी ਰੋਲਾ ਪਪਾ ਆਖਾਂ ਵੇ ਰੋਲਾ ਪਪਾ ਆਖਵੇਂ ਮੇਰੇ ਦਿਲ ਤੇ ਚੱਲਦੀ ਯਾਰੀ ਮੈਨੂੰ ਲੈ ਚੱਲ ਜੋਗੀ ਆਵੇਂ ਮੈਂ ਤੇ ਤੇਰੇ ਇਸ਼ਕ ਦੀ ਮਾਰੀ ਮੈਨੂੰ ਲੈ ਚੱਲ ਜੋਗੀ ਆਵੇਂ ਮੈਂ ਤੇ ਤੇਰੇ ਇਸ਼ਕ ਦੀ ਮਾਰੀ ਵੇ ਸਿੰਦਰ ਜੀ ਦੇਲੀ ਨਹੀਂ ਕਰਦਾ ਕਿ ਉੱਠ ਕੇ ਜਾਈਏ ਸਰ ਕੋਲੋਂ ਇੰਨਾ ਦਿਲ ਲੱਗਾ ਕਿ ਮਸਤ ਹੋ ਗਏ ਆ ਹਨਾ ਜੀ ਬਹੁਤ ਪਿਆਰੇ Song ਆਉਂਦੇ ਆ ਸਰ ਦੀ ਬਹੁਤ ਵਧੀਆ ਸੋਚ ਆ ਤੇ ਇਹਨਾਂ ਦੀ ਪਿੱਛੇ ਜੇ ਮੂਵੀ ਆਈ ਸੀ ਕੜਮਾਈ ਆ ਜਿਹਦੇ ਵਿੱਚ ਮੈਂ ਵੀ ਕੰਮ ਕੀਤਾ ਤੇ ਉਹਦੇ ਹੀਰੋ ਸੀ ਹਰਜੀਤ ਹਰਮਨ ਜੀ ਤੇ ਹੀਰੋਇਨ ਜਬਜੀ ਖਹਿਰਾ ਤੇ ਬਹੁਤ ਵਧੀਆ ਸਰ ਨੇ ਮਤਲਬ ਪ੍ਰੋਡਿਊਸ ਕੀਤੀ ਉਹਦੇ ਵਿੱਚ ਸਰ ਦਾ ਵੀ ਕਰੈਕਟਰ ਵੀ ਸੀ ਤੇ ਸੌਰੀ ਮਤਲਬ ਤੁਸੀਂ ਨਾਲ ਐਕਟਿਵ ਵੀ ਜਿੱਥੇ ਤੁਸੀਂ ਗੀਤਕਾਰ ਹੋ ਤੇ ਬਹੁਤ ਅੱਛੇ ਗਾਇਕ ਹੋ ਤੇ ਮੈਨੂੰ ਲੱਗਦਾ ਨਾਲ ਅਦਾਕਾਰੀ ਦਾ ਵੀ ਸਰ ਉਹਦੇ ਪਰ ਨਹੀਂ ਉਹਦੇ ਵਿੱਚ ਮੈਂ ਸਿਰਫ ਗੀਤ ਹੀ ਗਾਇਆ ਓਕੇ ਓਕੇ ਹਾਂਜੀ ਗੀਤ ਮੇਰਾ ਉਹ ਲਾਸਟੇ ਹੁੰਦਾ ਹੈ ਤੇ ਫੁੱਲਾਂ ਵਾਲੀ ਕਾਰ ਚ ਬਿਠਾ ਕੇ ਐਸਾ ਤੈਨੂੰ ਲੈ ਜਾਣਾ ਜਿਹੜੀ ਬਾਈ ਹਰਜੀਤ ਹਰਮਨ ਜੀ ਕੁੜਮਾਈਆਂ ਹਾਂਜੀ ਹਾਂਜੀ ਚਲੋ ਉਸ ਤੋਂ ਬਾਅਦ ਅਸੀਂ ਕੁਝ ਛੋਟੀਆਂ ਮੂਵੀਆਂ ਕੀਤੀਆਂ ਤੇ ਸਾਡਾ ਕੰਮ ਜਾਰੀ ਆ ਹੋਰ ਵੀ ਇਸ ਜੀ ਮੂਵੀਆਂ ਕਰ ਰਹੇ ਆ ਅੱਛਾ ਨਾਲ ਆਪਣਾ ਪ੍ਰੋਡਕਸ਼ਨ ਦਾ ਬਹੁਤ ਅੱਛਾ ਉਹਨੇ ਚ ਮੈਂ ਖੋਦੀ ਕੰਮ ਕਰਦਾ ਓਕੇ 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 ਹਾਂਜੀ ਚਲੋ ਬਹੁਤ ਅੱਛਾ ਜੀ ਹਮਨ ਜੀ ਹਾਂਜੀ ਸਰ ਤੇ ਤੁਹਾਨੂੰ ਇੱਧਰ ਪੰਜਾਬ ਚ ਰਹਿਣਾ ਵਧੀਆ ਲੱਗਦਾ ਕਿ ਬਾਹਰ ਤੁਸੀਂ ਕਾਫੀ ਢੇਰ ਦੇ ਇੰਡੀਆ ਚ ਆ ਹਨਾ ਤੇ ਮਤਲਬ ਜਦੋਂ ਦੇ ਆਪਾਂ ਜੁੜੇ ਆ ਤੁਸੀਂ ਫਿਲਮਾਂ ਕਰ ਰਹੇ ਹੋ ਸੌਂਗ ਕਰ ਰਹੇ ਹੋ ਤੇ ਬਹੁਤ ਚੰਗਾ ਲੱਗਦਾ ਤੇ ਪਰ ਤੁਸੀਂ ਹੁਣ ਬਾਹਰ ਨਹੀਂ ਜਾ ਰਹੇ ਕਿ ਇੱਥੇ ਹੀ ਹੋ ਇਸ ਬਾਰੇ ਦੱਸਿਓ ਦੇਖੋ ਜੀ ਜਿਸ ਧਰਤੀ ਤੇ ਬੰਦਾ ਪੈਦਾ ਹੋਇਆ ਨਾ ਹਮੇਸ਼ਾ ਉਹੀ ਵਾਰਾ ਖਾਂਦੀ ਹੈ ਭਾਵੇਂ ਅਸੀਂ ਕਰੋੜਪਤੀ ਬਾਹਰ ਬਣ ਜਾਈਏ ਪਰ ਪੰਜਾਬ ਭੁੱਲਿਆ ਨਹੀਂ ਜਾਂਦਾ ਕਿਉਂਕਿ ਮੈਂ ਇੱਥੇ ਪੈਦਾ ਹੋਇਆ ਜਨਾ ਮੈਨੂੰ ਪੰਜਾਬ ਨਾਲ ਪਿਆਰ ਹੈ ਉਹਨਾਂ ਬਾਹਰ ਦੇ ਦੇਸ਼ਾਂ ਨਾਲ ਪਿਆਰ ਨਹੀਂ ਭਾਵੇਂ ਮੈਂ ਦੁਨੀਆ ਦੇ ਕੋਨੇ-ਕੋਨੇ ਤੇ ਜਾ ਚੁੱਕਾ ਹਾਂ ਪਰ ਫਿਰ ਵੀ ਮੈਨੂੰ ਪੰਜਾਬ ਚੰਗਾ ਲੱਗਦਾ ਹੈ ਮੇਰਾ ਪਿੰਡ ਚੰਗਾ ਲੱਗਦਾ ਹੈ ਕਿਆ ਬਾਤ ਸਰ ਬਹੁਤ ਵੱਡੀ ਗੱਲ ਆ ਕਿ ਮਤਲਬ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਵਾਲੇ ਇਨਸਾਨ ਨੇ ਉਹਰੇ ਸਭ ਤੋਂ ਵੱਡੀ ਗੱਲ ਹੈ ਇਹ ਹੋਣੀ ਚਾਹੀਦੀ ਹਰ ਇਨਸਾਨ ਚ ਨਹੀਂ ਕੁਝ ਲੋਕ ਆਪਣਾ ਆਪਣੀ ਜੜ੍ਹ ਭੁੱਲ ਜਾਂਦੇ ਨੇ ਤੇ ਉਹ ਕਹਿੰਦੇ ਵੀ ਜੜ੍ਹ ਨਾਲ ਉਹ ਜਿਹੜਾ ਟੁੱਟ ਜਾਂਦਾ ਉਹ ਦਰਖਤ ਸੁੱਕਿਆ ਹੀ ਪਿਆ ਸਮਝ ਲਓ ਸੋਕੀ ਜਾਂਦਾ ਤੇ ਸਰ ਦੀ ਇਥੋਂ ਵੀ ਸਾਨੂੰ ਮਤਲਬ ਬਹੁਤ ਅੱਛੀ ਇਹਨਾਂ ਦੀ ਸੋਚ ਲੱਗ ਰਹੀ ਆ ਬਹੁਤ ਅੱਛਾ ਲੱਗਿਆ ਇਹ ਸੁਣ ਕੇ ਕਿ ਉਹ ਦੁਬਾਰਾ ਫੇਰ ਆਪਣੇ ਆਪਣੀ ਜਨਮ ਭੂਮੀ ਨਾਲ ਜੁੜੇ ਨੇ ਕਿਉਂਕਿ ਜਿੱਥੇ ਬੰਦੇ ਦਾ ਬਚਪਨ ਬੀਤਿਆ ਨਾ ਉਹ ਤੇ ਬੰਦਾ ਭੁੱਲ ਹੀ ਨਹੀਂ ਸਕਦਾ ਜੀ ਤੇ ਬਹੁਤ ਜੀ ਆਪਣੇ ਫਿਰ ਇੱਥੇ ਤੁਹਾਡਾ ਇੰਡੀਆ ਚ ਕੌਣ ਰਹਿੰਦਾ ਵਾ ਇੱਥੇ ਮੇਰੀ ਇੱਕ ਭੈਣ ਹੈ ਜੀ ਹਾਂਜੀ ਤੇ ਮੇਰੇ ਪਾਪਾ ਮਾਮਾ ਬਜ਼ੁਰਗ ਹੈ ਜਿਨ੍ਹਾਂ ਦੇ ਸੇਵਾ ਕਰਨ ਵਾਸਤੇ ਮੈਨੂੰ ਮੌਕਾ ਮਿਲਿਆ ਹੁਣ ਤੇ ਉਹਨਾਂ ਦੀ ਦੇਖਭਾਲ ਮੈਂ ਕਰਦਾ ਤੇ ਸਰ ਹੋਰ ਪਰਿਵਾਰ ਦੇ ਵਿੱਚ ਦੋ ਬੇਟੇ ਆ ਮੇਰੇ ਅੱਛਾ ਜੀ ਉਹ ਵੀ ਇੱਥੇ ਰਹਿੰਦੇ ਆ ਜੀ ਉਹਨਾਂ ਨੂੰ ਵੀ ਅੱਗੋਂ ਗਾਇਕੀ ਦਾ ਸ਼ੌਂਕ ਹੈ ਨਹੀਂ ਉਹਨਾਂ ਨੂੰ ਐਡਾ ਕੋਈ ਗਾਇਕੀ ਨਾਲ ਨਹੀਂ ਹੈ ਇੱਕ ਵੱਡਾ ਬੇਟਾ ਸੀ ਉਹਨੂੰ ਉਸੇ ਇੱਕ ਫਿਲਮ 'ਚ ਕੰਮ ਵੀ ਕਰਵਾਇਆ ਸੀ ਤੇ ਫਿਰ ਉਹ ਕਾਰੋਬਾਰ 'ਚ ਕੰਮਾਂ 'ਚ ਖੁੱਪ ਗਿਆ ਉੱਥੇ ਠੀਕ ਹੈ ਸਰ ਬਹੁਤ ਅੱਛੇ ਬਹੁਤ ਅੱਛਾ ਹਾਉ ਜੀ ਹਾਂ ਜੀ ਬਹੁਤ ਚੰਗਾ ਲੱਗਾ ਸਰ ਜੀ ਤੁਹਾਨੂੰ ਮਿਲ ਕੇ ਸੋਰੀ ਭਾਈ ਜੀ ਜੋ ਮੇਰੇ ਇੰਟਰਵਿਊ ਲੈਣ ਆਏ ਐ ਐਨਾ ਹੱਸਿਆ ਗਾਉਂਦੇ ਐ ਐਨਾ ਮਿੱਠਾ ਗਾਉਂਦੇ ਐ ਤੇ ਦਿਲ ਕਰਦਾ ਇਹਨੇ ਤੇ ਗੀਤ ਸੁਣੀ ਜਾਈਏ ਨਹੀਂ ਨਹੀਂ ਸਰ ਤੁਸੀਂ ਬਹੁਤ ਸੀਨੀਅਰ ਹੋ ਨਹੀਂ ਨਹੀਂ ਮੈਂ ਸੀਨੀਅਰ ਨਹੀਂ ਪਰ ਜੋ ਮੈਂ ਤਾਂ ਕੁਝ ਪੜਿਆ ਲਿਖਿਆ ਆਪਣੀਆਂ ਤੁਸੀਂ ਤਾਂ ਬੜਾ ਕੁਝ ਕੀਤਾ ਹੋਇਆ ਮਿਊਜ਼ਿਕ ਦੇ ਬਾਰੇ ਵਿੱਚ ਮੈਨੂੰ ਪਤਾ ਲੱਗਾ ਤੁਹਾਡੇ ਬਾਰੇ ਉਹ ਮੈਨੂੰ ਤੁਹਾਨੂੰ ਮੈਨੂੰ ਮਿਲ ਕੇ ਬੜੀ ਖੁਸ਼ੀ ਹੋਈ ਹੈ ਤੁਹਾਨੂੰ ਬਹੁਤ ਬਹੁਤ ਸਾਰਾ ਮੈਂ ਆਪਣਾ ਸੁਭਾਗ ਸਮਝਦਾ ਕਿਉਂਕਿ ਮੈਂ ਜਦੋਂ ਸਰ ਆਪਣਾ ਐਮਫਿਲ ਦਾ ਮਤਲਬ ਆਪਣਾ ਥੀਸਿਸ ਵਰਕ ਕਰਦਾ ਸੀ ਬਹੁਤ ਸਾਰੇ ਮਤਲਬ ਸੀਨੀਅਰ ਪਰਸਨੈਲਿਟੀਆਂ ਨਾਲ ਸਾਡੇ ਜਿਹੜੇ ਪੁਰਾਣੇ ਗਾਇਕ ਨੇ ਉਹਨਾਂ ਨੇ ਮੈਂ ਬਹੁਤ ਜ਼ਿਆਦਾ ਇੰਟਰਵਿਊਜ਼ ਕਰੀਆਂ ਤੇ ਮੈਨੂੰ ਬਹੁਤ ਅੱਛਾ ਲੱਗਦਾ ਸੀ ਪੁਰਾਣੀਆਂ ਗੱਲਾਂ ਸੁਣਨਾ ਤੇ ਇਸ ਕਰਕੇ ਮੈਂ ਨਾਲ ਨਾਲ ਇਸ ਫੀਲਡ 'ਚ ਵੀ ਆਇਆ ਤੇ ਬਾਕੀ ਤਾਂ ਸਾਰੇ ਜਾਣਦੇ ਨੇ ਤੇ ਤਦ ਕਰਕੇ ਕਿ ਮੈਂ ਪੁਰਾਣੀਆਂ ਗੱਲਾਂ ਨੂੰ ਸੁਣਾ ਕੁਝ ਸਿੱਖਾਂ ਵੱਡੇ-ਵਡੇਰਾਂ ਤੋਂ ਕਿਉਂਕਿ ਇਹ ਸਿੱਖਦੇ ਰਹਿਣਾ ਹੀ ਜ਼ਿੰਦਗੀ ਹੈ ਜੀ ਮੈਂ ਸਮਝਦਾ ਤੇ ਤਦ ਕਰਕੇ ਸਰ ਜਿਵੇਂ ਅਸੀਂ ਆਏ ਤੇ ਬਾਕੀ ਸਰ ਹੋਰ ਤੁਸੀਂ ਕਿਹੜੀ-ਕਿਹੜੀ ਕੰਟਰੀਜ਼ ਦੇ ਟੂਰ ਮਤਲਬ ਲਗਾਏ ਨੇ ਮੈਂ ਕਾਫੀ ਦੇਸ਼ਾਂ ਵਿੱਚ ਘੁੰਮ ਚੁੱਕਿਆ ਅੱਛਾ ਜੀ ਜਿਵੇਂ ਕਿ ਸਰ ਦੇਖੋ ਜੀ ਜਿਸ ਤਰ੍ਹਾਂ ਅਮਰੀਕਾ ਹੈ ਕੈਨੇਡਾ ਨਹੀਂ ਮੈਂ ਜਾ ਸਕਿਆ ਅੱਛਾ ਜੀ ਤੇ ਯੂਰਪ ਦੇ ਸਾਰੇ ਕੰਟਰੀ ਤੇ तकरीबन ਅਥਾਈਲੈਂਡ ਚਾਈਨਾ ਆਸਟ੍ਰੇਲੀਆ ਬਹੁਤ ਕਾਫੀ ਦੇਸ਼ ਘੁੰਮ ਚੁੱਕਿਆ ਪਰ ਫਿਰ ਵੀ ਮੈਨੂੰ ਪੰਜਾਬ ਹੀ ਚੰਗਾ ਲੱਗਦਾ ਹੈ ਵਾਹ ਜੀ ਵਾਹ ਕਹਿੰਦੇ ਘੁੰਮ ਕੇ ਮੈਂ ਦੇਖਿਆ ਦੁਨੀਆ ਸਾਰੀ ਲੱਭਣੀ ਨਹੀਂ ਮੌਜ ਪੰਜਾਬ ਵਰਗੀ ਵਾਕਈ ਸਰ ਵਾਕਈ ਬਹੁਤ ਪਿਆਰ ਪੰਜਾਬ ਦੇ ਵਿੱਚ ਹੈ ਇਹਨਾਂ ਤੁਹਾਨੂੰ ਹੋਰ ਕਿਤੇ ਮਿਲ ਨਹੀਂ ਸਕਦਾ ਕਿਉਂ ਬਾਹਰ ਤਾਂ ਅਸੀਂ ਗੁਲਾਮ ਹੈ ਸੋਬਾ ਉੱਠੇ ਕੰਮ ਤੇ ਗਏ ਸ਼ਾਮ ਨੂੰ ਆ ਗਏ ਟੀਵੀ ਦੇਖ ਲੈ ਦੋ ਘੰਟੇ ਫੇਰ ਉੱਠ ਕੇ ਤੜਕੇ ਕੰਮ ਤੇ ਫੇਰ ਕੰਮ ਤੇ ਪੈਸਾ 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 ਵੀ ਉੱਥੇ ਇੰਨਾ ਨਹੀਂ ਵੱਜਦਾ ਜਿਨ੍ਹਾਂ ਦੇ ਬਿਜ਼ਨਸ ਕਰਦੇ ਆ ਨਾ ਉਹਨਾਂ ਕੋਲੇ ਪੈਸਾ ਬਣਦਾ ਬਾਕੀ ਤਾਂ ਰੋਟੀ ਖਾਣ ਹੀ ਹੈ ਜੀ ਸਰ ਤੇ ਸਰ ਮਤਲਬ ਪੰਜਾਬੀ ਤੋਂ ਇਲਾਵਾ ਹੋਰ ਵੀ ਕਿਸੇ ਭਾਸ਼ਾ ਦੇ ਵਿੱਚ ਕਦੇ ਜਿੱਦਾਂ ਉਧਰ ਆ ਮੈਂ ਸਵਿਟਿਸ਼ ਬੋਲ ਲੈਂਦਾ ਅੱਛਾ ਜੀ ਹਾਂਜੀ ਬੋਲ ਲੈਂਦੇ ਤੇ ਉਹਦੇ ਕਿਸੇ ਗਾਉਣ ਦੀ ਕੋ ਨਹੀਂ ਕਰੇ ਨਹੀਂ ਉਹਦੇ ਚ ਨਹੀਂ ਗਿਆ ਮੈਂ ਕਦੇ ਨਹੀਂ ਗਿਆ ओके सर तो सर ਤੁਸੀਂ ਤੇ کافی ਪੁਰਾਣੇ ਹੋ ਇਸ ਖੇਤਰ ਦੇ ਵਿੱਚ ਤੁਸੀਂ کافی ਜਿੰਨਾ ਕੈਸਟ ਵਾਲਾ ਦੌਰ ਵੀ ਦੇਖਿਆ ਹੋਵੇਗਾ ਫਿਰ ਸੀਡੀ ਆਈ ਹੈ ਨਾ ਜੀ ਤੇ ਉਦੋਂ ਸਾਰ ਆਪਾਂ ਕੋਈ ਕੈਸਟ ਉਦੋਂ ਵੀ ਸਰ ਕਰੀ ਜਾਂ ਸੀਡੀ ਤਾਂ ਫਿਰ ਕਦੋਂ ਕੇ ਵਿੱਚ ਕੈਸਟ ਸ਼ਾਇਦ ਮੈਂ ਤੁਹਾਨੂੰ ਦੱਸ ਚੁੱਕਾ ਇਹ ਤੋਂ ਪਹਿਲਾਂ ਆਪਣੇ ਜਸਪੀਨਰ ਨੁਰਲਾ ਜੀ ਦੇ ਨਾਲ ਜੀ ਜੀ ਕੋਇਆ ਸਾਹਿਬ ਜੀ ਦਾ ਮਿਊਜ਼ਿਕ ਸੀਗਾ ਵਾਹ ਜੀ ਉਹ ਕਰਕੇ ਤੇ ਮਤਲਬ ਮੈਨੂੰ ਟਾਈਮ ਨਹੀਂ ਮਿਲਿਆ ਫਿਰ ਮੈਂ ਵਾਪਸ ਚਲਾ ਗਿਆ ਸੀ ਉਹ ਵਿੱਚੇ ਇਸ ਤਰ੍ਹਾਂ ਰਹਿ ਰੂ ਗਿਆ ਓਕੇ ਜੀ ਤੇ ਮੌਕਾ ਨਹੀਂ ਮਿਲਿਆ ਚਲੋ ਚਲੋ ਬਹੁਤ ਅੱਛਾ ਬਹੁਤ ਅੱਛਾ ਜੀ ਤੇ ਸੋ ਸਰ ਹੁਣ ਜਾਂਦੇ ਜਾਂਦੇ ਸਰ ਤੋਂ ਇੱਕ ਗੀਤ ਹੋਰ ਸੁਣ ਲਈਏ ਅੱਛਾ ਸਰ ਜਿੱਦਾਂ ਆਪਾਂ ਕੋਈ ਵੀ ਕੰਮ ਕਰਦੇ ਬਚਪਨ ਤੋਂ ਸ਼ੌਂਕ ਹੁੰਦਾ ਤੇ ਕਈ ਵਾਰੀ ਮਤਲਬ ਉਹਨੂੰ ਸਪੋਰਟ ਮਿਲਦੀ ਆ ਜਾਂ ਨਹੀਂ ਮਿਲਦੀ ਕਈ ਵਾਰੀ ਤੇ ਇਸ ਫੀਲਡ ਦੇ ਵਿੱਚ ਤੁਹਾਨੂੰ ਕੋਈ ਸੰਘਰਸ਼ ਜਿਹੜਾ ਤੁਹਾਡਾ ਬਚਪਨ ਤੋਂ ਹੋਇਆ ਉਹਦੇ ਬਾਰੇ ਕੁਝ ਉਹਦੇ ਬਾਰੇ ਵਿੱਚ ਦੇਖੋ ਜੀ ਉਸ ਟਾਈਮ ਦੇ ਵਿੱਚ ਜਿਹੜਾ ਵੀ ਕਲਾਕਾਰ ਗਾਉਣ ਦੀ ਕੋਸ਼ਿਸ਼ ਕਰਦਾ ਸੀ ਉਹਨੂੰ ਕਹਦੇ ਸੀ ਕੰਜਰ ਸਿੱਧੀ ਜੀ ਗੱਲ ਆ ਪੰਜਾਬੀ ਦੇ ਵਿੱਚ ਕੰਜਰ ਦਾਖ ਦੇ ਦਿੰਦੇ ਸੀਗੇ ਬੁਰਾ ਮੰਨਦੇ ਸੀ ਗਾਉਣ ਵਾਲੇ ਨੂੰ ਪਰ ਅੱਜ ਦਾ ਦੌਰ ਬਿਲਕੁਲ ਹੀ ਵੱਖਰਾ ਹੋ ਗਿਆ ਉਹ ਦੌਰ ਨਹੀਂ ਰਿਹਾ ਅੱਜ ਜੋ ਵੀ ਬੱਚਾ ਚਾਵੇ ਉਹ ਕਰ ਸਕਦਾ ਹੈ ਉਸ ਟਾਈਮ ਤੇ ਬੱਚਿਆਂ ਨੂੰ ਵੀ ਰੋਕਿਆ ਜਾਂਦਾ ਸੀ ਮੁੰਡਿਆਂ ਨੂੰ ਵੀ ਰੋਕਿਆ ਜਾਂਦਾ ਸੀ ਕਿ ਨਹੀਂ ਗਾਉਣਾ ਨਹੀਂ ਗਾਉਣਾ ਤੇ ਮਤਲਬ ਪਰਿਵਾਰ ਦਾ ਕਿਦਾਂ ਮਤਲਬ ਮਾਂ-ਬਾਪ ਦਾ ਕਿੰਨਾ ਕਰਿਆ ਯੋਗਦਾਨ ਇਹ ਮਾਂ-ਬਪ ਤਾਂ ਮੈਨੂੰ ਬਹੁਤ ਖੁਸ਼ੀ ਆ ਮਾਂ-ਬਾਪ ਨੇ ਮੇਰੇ ਲਈ ਬਹੁਤ ਕੁਝ ਕੀਤਾ ਜੋ ਮੈਂ ਚਾਹੁੰਦਾ ਸੀ ਉਸ ਤੋਂ ਵੱਧ ਕੇ ਕੀਤਾ ਉਹਨਾਂ ਨੇ ਕਲਾਕਾਰੀ ਤੋਂ ਮੈਨੂੰ ਕਦੇ ਨਹੀਂ ਰੋਕਿਆ ਉਹਨਾਂ ਨੇ ਕਿਸੇ ਗੱਲ ਤੋਂ ਮੈਨੂੰ ਕਦੇ ਟੋਕਿਆ ਨਹੀਂਗਾ ਵੀ ਤੂੰ ਕੀ ਕਰਦਾ ਕੀ ਨਹੀਂ ਇਸ ਕਰਕੇ ਮੇਰਾ ਹੌਸਲਾ ਵੱਧਦਾ ਸੀਗਾ ਕਿ ਮੈਂ ਇਹ ਚਾਹੁੰਦਾ ਕਿ ਮੈਂ ਆਪਣੇ ਮਾਂ-ਪਿਓ ਨੂੰ ਕੁਝ ਕਰਕੇ ਦਿਖਾਉਣਾ ਹੈ ਜੀ 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 ਮੈਂ ਚਾਹੁੰਦਾ ਹਰ ਬੱਚੇ ਦੇ ਦਿਮਾਗ ਦੇ ਵਿੱਚ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਕਿ ਮਾਪੇ ਉਹਦੀ ਸੇਵਾ ਕਰਨੀ ਵੱਧ ਤੋਂ ਵੱਧ ਜਿੰਨੀ ਵੀ ਹੋ ਸਕੇ ਉਹਨਾਂ ਦੇ ਹੌਸਲੇ ਅੱਗੇ ਵਧਾਉਣੇ ਤਾਂ ਕਿ ਉਹਨਾਂ ਨੂੰ ਖੁਸ਼ੀ ਮਿਲੇ ਕਿ ਸਾਡਾ ਬੱਚਾ ਕਰ ਕੀ ਰਿਹਾ ਹੈ ਜੀ ਜੀ ਚਲੋ ਬਹੁਤ ਅੱਛੀ ਗੱਲ ਤੇ ਸਾਰੇ ਦੇ ਤੋਂ ਮਤਲਬ ਗਾਇਕੀ ਤੋਂ ਇਲਾਵਾ ਗਾਇਕੀ ਦੇ ਨਾਲ ਨਾਲ ਕਿਉਂਕਿ ਤੁਸੀਂ ਸ਼ਾਇਰ ਵੀ ਹੋ ਤੇ ਹੋਰ ਕਿੱਦਾਂ ਦੇ ਸਰ ਆਪਣੇ ਸ਼ੌਂਕ ਨੇ ਕੁਝ ਖੇਡਾਂ ਵੱਲ ਜਾਂ ਕੁਝ ਹੋਰ ਹਾਂ ਖੇਡਾਂ हां ਖੇਡਾਂ ਦੇ ਵਿੱਚ ਜਦ ਮੈਂ ਮੈਟ੍ਰਿਕ ਦੇ ਵਿੱਚ ਸੀ ਨਾ ਪੰਜਾਬ ਦੇ ਵਿੱਚ 100 ਮੀਟਰ ਦੇ ਵਿੱਚ 3rd ਆਇਆ ਸੀਗਾ ਲੌਂਗ ਜੰਪ ਦੇ ਵਿੱਚ 3rd ਆਇਆ ਸੀ ਪਰ ਉਦੋਂ ਤੁਹਾਨੂੰ ਪਤਾ ਨਾਮ ਨੂੰ ਮੈਸੇਵੇਸੀ ਦਿੱਤੇ ਜਾਂਦੇ ਸੀਗੇ ਤੇ ਹੌਸਲਾ ਦੇ ਜਨ ਚਲ ਪੁੱਤਰਾ ਪਾਜੋ ਚਲ ਪੁੱਤਰਾ ਪਾਜ ਤੇ ਨੰਗੇ ਪੈਰ ਹੁੰਦੇ ਸੀ ਬੂਟ ਵੀ ਨਹੀਂ ਹੁੰਦੇ ਹੁੰਦੇ ਉਦੋਂ ਹਾਂਜੀ ਉਹ ਉਹ ਦੌਰ ਐਸਾ ਸੀਗਾ ਔਰ ਸਰ ਜ਼ਿੰਦਗੀ ਦੀਆਂ ਕੋਈ ਖਟੀਆਂ ਮਿੱਠੀਆਂ ਯਾਦਾਂ ਅਗਰ ਕੁਝ ਸਾਂਝੀਆਂ ਸਾਡੇ ਨਾਲ ਖਟੀਆਂ ਮਿੱਠੀਆਂ ਯਾਦਾਂ ਇਹ ਹੈ ਕਿ 9ਵੀਂ 10ਵੀਂ ਦੇ ਦੋ ਮੇਰੇ ਕਲਾਸ ਫੈਲੋ ਹੈ ਉਹਨਾਂ ਦੀ ਯਾਦ ਆਉਂਦੀ ਰਹਿੰਦੀ ਹੈ ਕਿਉਂਕਿ ਉਸ ਦੌਰ ਦੇ ਵਿੱਚ ਲੋਕਾਂ ਵਿੱਚ ਬਹੁਤ ਜ਼ਿਆਦਾ ਪਿਆਰ ਹੁੰਦਾ ਸੀ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਸੀ ਟੀਚਰ ਬਹੁਤ ਜ਼ਿਆਦਾ ਹੁੰਦੇ ਰਹਿੰਦੇ ਆ ਟੀਚਰਾਂ ਨਾਲ ਬੜਾ ਪਿਆਰ ਹੁੰਦਾ ਸੀ ਮੇਰਾ ਠੀਕ ਆ ਜੀ ਤੇ ਤੇ ਤੁਹਾਨੂੰ ਮਤਲਬ ਖੁਦ ਘਰ ਦੇ ਵਿੱਚ ਕੰਮ ਕਰਦੇ ਨੂੰ ਦੇਖ ਕੇ ਬੜੀ ਖੁਸ਼ੀ ਹੁੰਦੀ ਆ ਹਨਾ ਤੇ ਇਹ ਤੁਹਾਨੂੰ ਸ਼ੁਰੂ ਤੋਂ ਹੀ ਸ਼ੌਕ ਹੈ ਘਰ ਦੇ ਵੀ ਕੰਮ ਕਰਨ ਦਾ ਦੇਖੋ ਜੀ ਗੋਰਿਆਂ ਦੇ ਵਿੱਚ ਰਹਿ ਕੇ ਇਨਸਾਨ ਬੜਾ ਕੁਝ ਸਿੱਖਦਾ ਹੈ ਸਾਡੇ ਦੇਸ਼ ਦੇ ਵਿੱਚ ਕੰਮ ਕਰਕੇ ਖੁਸ਼ ਨਹੀਂ ਹੈ ਜੇ ਕਿਸ ਨੂੰ ਆ ਕੇ ਕਿਸੇ ਬੇਟੇ ਨੂੰ ਜਾਂ ਮੁੰਡੇ ਨੂੰ ਕਹਦੇ ਰੋਟੀ ਬਣਾ ਲੈ ਉਹ ਸ਼ਰਮ ਕਰਦਾ ਹੈ ਇਸੇ ਕਰਕੇ ਅਸੀਂ ਪਿੱਛੇ ਆ ਸਾਨੂੰ ਹਰ ਕੰਮ ਕਰਨਾ ਚਾਹੀਦਾ ਹੈ ਗੋਰਾ ਤੁਸੀਂ ਦੇਖੋ ਵੱਡੇ ਵੱਡੇ ਪ੍ਰੈਮਿੰਿਸਟਰ ਆ ਜਾਂ ਕੁਝ ਵੀ ਆ ਇੰਗਲੈਂਡ ਦੇ ਲਾਲੋ ਅਮਰੀਕਾ ਦੇ ਲਾਲੀ ਕੈਨੇਡਾ ਦੇ ਲਾਲੋ ਸਾਈਕਲਾਂ ਤੇ ਪਾਰਲੀਮੈਂਟ ਜਾਂਦੇ ਆ ਸਾਡੇ ਸਵੀਟਨ ਵਿੱਚ ਆਪ ਖਾਣਾ ਖਰੀਦਦੇ ਆ ਉਹ ਉਹਨਾਂ ਨਾਲ ਕੋਈ ਬਾਡੀਗਾਰਡ ਨਹੀਂ ਹੁੰਦਾ ਕਿਉਂਕਿ ਦਿਲ ਦੇ ਸੱਚੇ ਆ ਜਿਹੜੇ ਦਿਲ ਦੇ ਸੱਚੇ ਨਹੀਂ ਆ ਪਾਪੀ ਬੰਦੇ ਆ ਉਹਨਾਂ ਨੂੰ ਬਾਡੀਗਾਰਡ ਵੀ ਰੱਖਣੇ ਪੈਂਦੇ ਆ ਤੇ ਉਹਨਾਂ ਨੇ ਕਰਨਾ ਕੀ ਆ ਦੇਸ਼ ਲਈ ਕਿਉਂਕਿ ਉਹਨਾਂ ਦਾ ਦਿਲ ਸੱਚਾ ਨਹੀਂ ਹੁੰਦਾ ਬਿਲਕੁਲ ਇਹਨਾਂ ਚੀਜ਼ਾਂ ਦਾ ਮਤਲਬ ਦਿਮਾਗ ਦੇ ਵਿੱਚ ਫਸੀਆਂ ਹੋਈਆਂ ਕਿ ਆਪਣਾ ਕੰਮ ਆਪ ਕਰੋ ਕਦੇ ਕਿਸੇ ਤੇ ਡਿਪੈਂਡ ਨਾ ਰਹੋ ਜੀ ਇਹ ਇੰਦਰ ਜੀ ਬੜੀ ਨੋਟ ਕਰਨ ਵਾਲੀ ਗੱਲ ਆ ਕਿ ਜਿਹੜਾ ਬੰਦਾ ਸੱਚਾ ਹੁੰਦਾ ਉਹਨੂੰ ਕਿਸੇ ਦੀ ਮਤਲਬ ਗਨਮੈਨ ਰੱਖਣ ਦੀ ਚਾਹੇ ਉਹਨੂੰ ਕਿਸੇ ਦਾ ਡਰ ਹੀ ਨਹੀਂ ਹੁੰਦਾ ਹਨਾ ਜੀ ਉਹ ਸ਼ਰੀਆ ਮੁਕਮਕ ਸਕਦਾ ਪਰ ਸਾਡੇ ਪੰਜਾਬ ਦੇ ਹਾਲਾਤ ਕੁਛ ਇਦਾਂ ਦੇ ਨੇ ਸਾਡੇ ਲੀਡਰਾਂ ਨੂੰ ਵੀ ਗਨਮੈਨ ਰੱਖਣੇ ਪੈਂਦੇ ਤੇ ਮਨਿਸਟਰਾਂ ਨੂੰ ਵੀ ਹਨਾ ਤੇ ਬਾਹਰ ਅਸੀਂ ਜਾਂਦੇ ਆ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਆ ਕਿ ਉੱਥੇ ਸਾਰੇ ਇਦਾਂ ਹੀ ਸੈਲਫ ਡਿਪੈਂਡੈਂਟ ਆਦਮੀ ਵਾਂਗੂ ਤੁਰੇ ਫਿਰਦੇ ਆ ਹਾਂਜੀ ਮਾਨਸਿਕਤਾ ਦਾ ਹੀ ਸਾਰਾ ਫਰਕ ਹੈ ਜੀ ਬਿਲਕੁਲ ਬਿਲਕੁਲ ਤੇ ਸਰ ਉੱਧਰ ਦੀਆਂ ਕੁਝ ਹੋਰ ਸਾਨੂੰ ਕੁਝ ਗੱਲਾਂ ਜਿਹੜੇ ਸਾਨੂੰ ਦਰਸ਼ਕਾਂ ਨੂੰ ਵੀ ਅੱਛੀਆਂ ਲੱਗਣ ਕੁਝ ਉੱਧਰ ਦਾ ਮੌਸਮ ਬਾਰੇ ਜਾਂ ਉੱਧਰ ਦੀਆਂ ਐ ਗੱਲਾਂ ਇਹ ਕਿ ਸਵੀਡਨ ਦੇ ਵਿੱਚ ਤੇ ਬਹੁਤ ਠੰਡ ਹੁੰਦੀ ਆ ਤੇ ਦਿਨ ਪਰ ਅੱਜ ਜਿਵੇਂ ਦਾ ਪਗਾ ਦਿਨ 6 ਮਹੀਨੇ ਰਾਤ 6 ਮਹੀਨੇ ਦੇਨ अच्छा ओ, जी ओ यूरोप ਦੇ ਵਿੱਚ ਹੀ ਆਂਦਾ ਹੈਗਾ ਹਾਂਜੀ ਨਾਰਵੇ ਨਾਰਵੇ ਡੈਨਮਾਰਕ ਫਿਨਲੈਂਡ ਤਕਰੀਬਨ ਸਾਰੇ ਦੇਸ਼ ਠੰਡੇ ਦੇਸ਼ ਹੈ ਹਾਂਜੀ ਹਾਂਜੀ ਤੇ ਮੈਂ ਕੁਝ ਸਰ ਤੁਹਾਡੇ ਗੀਤ ਦੇਖੇ ਜਿਨ੍ਹਾਂ ਦੇ ਵਿੱਚ ਨਾਲ ਅਮਨ ਜੀ ਵੀ ਨੇ ਤੇ ਇਹਨਾਂ ਦਾ ਕਿਦਾਂ ਸਰ ਸਬਾਬਾ ਜੇ ਤੁਸੀਂ ਅਸਲੀ ਟੌਪ ਦੇ ਪੁੱਛਦੇ ਹੋ ਤੇ ਇਹਨਾਂ ਨੇ ਮੇਰੇ ਨਾਲ ਇੱਕ ਗੀਤ ਕੀਤਾ ਸੀ ਤੇਰੇ ਨਹੀਂ ਕਰਾਰਾ ਮੈਨੂੰ ਪਟਿਆ ਦੱਸ ਮੈਂ ਕੀ ਪਿਆਰ ਵਿੱਚੋਂ ਖਟਿਆ ਉੱਥੋਂ ਸਾਡੇ ਕਾਫੀ ਗੱਲਬਾਤ ਹੋਈ ਹੈ ਤੇ ਮੈਂ ਇਹਨਾਂ ਨੂੰ ਜਾਣਨ ਲੱਗਾ ਇਹਨਾਂ ਨੇ ਆਪ ਦੇ ਬਾਰੇ ਦੱਸਿਆ ਕਿ ਮੈਂ ਇਸ ਤਰ੍ਹਾਂ ਕਰਕੇ ਫਿਲਮਾਂ ਵਿੱਚ ਵੀ ਕੰਮ ਕਰਦੀ ਆ ਇਹਨਾਂ ਨੇ ਹਜ਼ਾਰਾਂ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਹਾਂਜੀ ਤੇ ਇਹਨਾਂ ਤੋਂ ਮੈਨੂੰ ਸਿੱਖਣ ਨੂੰ ਬਹੁਤ ਕੁਝ ਮਿਲਿਆ ਵਾਹ ਜੀ ਇਹਨਾਂ ਤੇ ਨਾਲ ਮਿਲ ਕੇ ਮੈਂ ਅੱਗੇ ਸਟੈਪ ਦੇ ਪਾਈ ਸਟੈਪ ਅੱਗੇ ਵਧਿਆ ਵਾਹ ਜੀ ਤੇ ਮੈਂ ਇਹਨਾਂ ਦਾ ਬੜਾ ਥੈਂਕ ਯੂ ਕਰਦਾ ਥੈਂਕ ਯੂ ਸਰ ਤੁਹਾਡੀ ਬੇਟੀ ਜਿਸ ਮਾੜਾ ਤੁਸੀਂ ਕੋਈ ਸਰ ਹੋਰਾਂ ਨਾਲ ਕੁਝ ਯਾਦਾਂ ਸਾਂਝੀਆਂ ਕਰੋ ਹਾਂਜੀ ਸਰ ਨਾਲ ਮਿਲ ਕੇ ਮਤਲਬ ਇਹ ਮਹਿਸੂਸ ਹੋਇਆ ਕਿ ਜਿੱਦਾਂ ਮੈਨੂੰ ਆਪਣੇ ਫਾਦਰ ਵਾਂਗੂ ਕਿਉਂਕਿ ਸ਼ੁਰੂ ਤੋਂ ਹੀ ਮੈਨੂੰ ਬੇਟੀ ਕਹਿੰਦੇ ਸੀਗੇ ਕੇਸ ਲੈਣ ਦੇ ਵਿੱਚ ਥੋੜਾ ਜਿਹਾ ਤੁਹਾਨੂੰ ਪਤਾ ਹੀ ਆ ਵੀ ਨਹੀਂ ਕੋਈ ਫਸਟ ਟਾਈਮ ਕਿਸੇ ਨੂੰ ਹਨਾ ਬੇਟੀ ਕਹਿੰਦਾ ਤੇ ਸਰ ਨੇ ਪਹਿਲੀ ਵਾਰ ਮੈਨੂੰ ਜਦੋਂ ਬੇਟੀ ਕਿਹਾ ਤੇ ਮੈਨੂੰ ਬੜਾ ਚੰਗਾ ਲੱਗਿਆ ਹਨਾ ਤੇ ਫਿਰ ਅਸੀਂ ਮਤਲਬ ਇਕੱਠੇ ਮੈਂ ਸਾਨੂੰ ਕਿਹਾ ਵੀ ਤੁਸੀਂ ਫਿਲਮਾਂ ਦੇ ਵਿੱਚ ਵੀ ਥੋੜਾ ਜਿਹਾ ਆਓ ਤੇ ਇਹਨਾਂ ਨੂੰ ਚੰਗਾ ਲੱਗਿਆ ਫਿਲਮਾਂ ਪ੍ਰੋਡਿਊਸ ਕਰਨੀਆਂ ਤਾਂ ਅੱਗੇ-ਅੱਗੇ ਹੌਲੀ-ਹੌਲੀ ਅਸੀਂ ਕੰਮ ਕਰਦੇ ਗਏ ਬਾਕੀ ਸਾਰ ਬਹੁਤ ਵਧੀਆ ਇਨਸਾਨ ਨੇ ਸੱਚੇ ਸੁੱਚੇ ਬੰਦੇ ਨੇ ਜੋ ਦਿਲ ਚ ਗੱਲ ਆਉਂਦੀ ਉਹ ਕਹਿੰਦੇ ਆ ਕੋਈ ਇਹ ਝੂਠ ਟਫਾਨ ਮਾਰਨਾ ਇਹਨਾਂ ਨੂੰ ਚੰਗਾ ਨਹੀਂ ਲੱਗਦਾ ਤੇ ਇੱਥੇ ਬਾਬਾ ਫਰੀਦ ਦੀ ਧਰਤੀ ਤੇ ਆ ਕੇ ਇਦਾਂ ਮਹਿਸੂਸ ਹੁੰਦਾ ਕਈ ਵਾਰੀ ਇਹਨਾਂ ਦੇ ਚਿਹਰੇ ਤੋਂ ਇਦਾਂ ਲੱਗਦਾ ਜਿਦਾਂ ਅਸੀਂ ਬਾਬਾ ਫਰੀਦ ਦੀ ਤੇ ਦਰਸ਼ਨ ਕਰ ਲਏ ਹੁੰਦੇ ਆ ਹਨਾ ਜੀ ਤੇ ਬੜੀ ਖੁਸ਼ੀ ਹੁੰਦੀ ਆ ਕਿ ਇਦਾਂ ਦੇ ਇਨਸਾਨ ਸੱਚੇ ਸੁੱਚੇ ਬਹੁਤ ਘੱਟ ਨੇ ਦੁਨੀਆ ਤੇ ਹਨਾ ਜੀ ਨਵਾਜ਼ੀ ਜੀ ਬਹੁਤ ਅੱਛੇ ਜੀ ਮਤਲਬ ਇਹਨਾਂ ਦੇ ਮਾਪੇ ਨੂੰ ਇਹਨਾਂ ਦੇ ਬ੍ਰਦਰ ਨੂੰ ਉਹਨਾਂ ਦੇ ਘਰ ਵਾਲੀ ਨੂੰ ਬੱਚਿਆਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਹੈ ਇੱਕ ਰੱਬ ਦਾ ਰੂਪ ਹੀ ਹੈ ਸੱਚੇ ਸੁੱਚੇ ਦਿਲੋਂ ਕਦੇ ਦਿਲਚੋਂ ਉਹਨਾਂ ਨੇ ਕੋਈ ਗੱਲ ਨਹੀਂ ਰੱਖੀਗੀ ਕੀ ਬਾਤ ਜੀ ਹਾਂ ਜੀ ਉਹ ਹੈ ਨਾ ਮਤਲਬ ਆਪ ਚੰਗੇ ਸਭ ਜੱਗ ਚੰਗੇ ਤੁਸੀਂ ਆ ਤੁਹਾਡਾ ਆਪਣਾ ਹੀ ਸਰ ਨੇਚਰ ਇਹਨਾਂ ਸਾਨੂੰ ਅੱਛਾ ਲੱਗਿਆ ਤਦ ਕਰਕੇ ਤੇ ਆਉਣ ਵਾਲੇ ਸਰ ਕੁਝ ਫਿਊਚਰ ਪਲਾਨਿੰਗ ਬਾਰੇ ਸਰ ਗੱਲ ਕਰੀਏ ਤਾਂ ਕਿਦਾਂ ਸਰ ਆਪਣੇ ਕੁਝ ਕੀ ਕੀ ਪ੍ਰੋਜੈਕਟ ਆ ਰਹੇ ਨੇ ਦੇਖੋ ਇਹ ਫਿਊਚਰ ਬਾਰੇ ਬੰਦਾ ਸੋਚਦਾ ਤਾਂ ਬਹੁਤ ਕੁਝ ਹੈ ਕਰਾਂਗੇ ਵੀ ਬਹੁਤ ਕੁਝ ਅੱਗੇ ਰੱਬ ਨੂੰ ਮਨਜ਼ੂਰ ਹੈ ਹਾਂਜੀ ਠੀਕ ਹੈ ਮਤਲਬ ਹੁਣ ਜਿਹੜਾ ਲੇਟੈਸਟੋ ਕਿਸਾਨੀ ਦੇ ਮੁੱਦੇ ਨਾਲ ਹੀ ਚੱਲ ਰਹੇ ਨੇ ਹਾਂ ਕਿਸਾਨੀ ਦੇ ਮੁੱਦੇ ਨਾਲ ਅਸੀਂ ਸੋਚ ਰਹੇ ਬਈ ਇੱਕ ਗੀਤ ਹੋਰ ਕਰਨਾ ਹੈਗਾ ਇਹਦੇ ਬਾਰੇ ਤੁਹਾਡੀ ਕੀ ਰਾਏ ਕੁਝ ਕਿਸਾਨੀ ਦੇ ਮੁੱਦੇ ਬਾਰੇ ਜੀ ਹਾਂਜੀ ਕਿਸਾਨੀ ਦੇ ਮੁੱਦੇ ਬਾਰੇ ਕੋਈ ਆਪਣੀ ਰਾਏ ਦੱਸੋ ਜੀ ਕਿਸਾਨੀ ਦੇ ਮੁੱਦੇ ਬਾਰੇ ਸਾਨੂੰ ਪਿੱਛੇ ਨਹੀਂ ਹਟਣਾ ਚਾਹੀਦਾ ਹਾਂਜੀ ਅਸੀਂ ਗੁਰਗੋਬੇ ਸਿੰਘ ਦੇ ਪੁੱਤਾਂ ਜੀ ਸਾਨੂੰ ਸੋਚ ਲੈਣਾ ਚਾਹੀਦਾ ਹੈ ਗਦਾਰ ਬਣ ਕੇ ਨਹੀਂ ਕੰਮ ਕਰਨਾ ਜੀ ਇੱਕ ਸਿੰਘ ਬਣ ਕੇ ਕੰਮ ਕਰਨਾ ਹੈ ਜੀ ਜੀ ਸ਼ੇਰ ਤਾਂ ਸ਼ੇਰ ਹੀ ਹੁੰਦਾ ਹੈ ਤੇ ਗਿੱਦੜ ਗਿੱਦੜੀ ਹੁੰਦਾ ਗਿੱਦੜ ਜਿੰਨਾ ਮਰਜੀ ਬੜਕੀ ਜਾਵੇ ਸ਼ੇਰ ਦੀ ਇੱਕ ਬੜਕ ਨਾਲ ਸਾਰਾ ਕੁਝ ਖਤਮ ਹੋ ਜਾਂਦਾ ਹੈ ਬਿਲਕੁਲ ਬਿਲਕੁਲ ਬਹੁਤ ਅੱਛਾ ਜੀ ਤੇ ਸਰ ਮੈਨੂੰ ਲੱਗਦਾ ਗੱਲਾਂ ਦੇ ਨਾਲ-ਨਾਲ ਹੁਣ ਜਾਂਦੇ ਜਾਂਦੇ ਸਰ ਜੀ ਤੋਂ ਇੱਕ ਗੀਤ ਜ਼ਰੂਰ ਸੁਣ ਲਈਏ ਤੇ ਫਿਰ ਦਿਲ ਕਰਦਾ ਨਹੀਂ ਜਾਣ ਉਧਰ ਕਰਦਾ ਬੈਠੇ ਹੀ ਰਹੀਏ ਇੰਨਾ ਚੰਗਾ ਲੱਗਦਾ ਗੀਤ ਕਿਹੋ ਜਿਹਾ ਸੁਣਨਾ ਹੈ ਜੀ ਜਿਹੜਾ ਸਰ ਤੁਹਾਨੂੰ ਬਹੁਤ ਅੱਛਾ ਲੱਗਦਾ ਹੋਵੇ ਜਿਹੜਾ ਤੁਸੀਂ ਆਮ ਹੀ ਗਾਉਂਦੇ ਹੋਣ ਗੁੰਗੁਣਾਉਂਦੇ ਹੋ ਗੁੰਗੁਣਾਈ ਤਾਂ ਤਕਰੀਬਨ ਜਾਈਦਾ ਹੀ ਆ ਕਦੇ ਕਿਸੇ ਨੇ ਲੱਤ ਫੜ ਲਈ ਕਦੇ ਕਿਸੇ ਦੀ ਲੱਤ ਫੜ ਲਈ ਹਾਂਜੀ ਉਹ ਤਾਂ ਤੁਸੀਂ ਰਾਈਟਰ ਹੋ ਤੁਹਾਡੇ ਕੋਲੇ ਬਹੁਤ ਸਾਰੇ ਭੰਡਾਰ ਹੋਣਾ ਮੈਨੂੰ ਪਤਾ ਤੇ ਕੁਝ ਕਰੋ ਜੀ ਨਹੀਂ ਗੀਤ ਮੇਰੇ ਕੋਲੇ ਬਹੁਤ ਲਿਖੇ ਪਏ ਆ ਤੇ ਚਲੋ ਤੁਹਾਨੂੰ ਮੈਂ ਇੱਕ ਥੋੜਾ ਸੁਣਾਉਣਾ ਹੈ ਇਹ ਅਸੀਂ ਉਹਦਾ ਮਿਊਜ਼ਿਕ ਤਿਆਰ ਕਰ ਰਹੇ ਹਾਂ ਇੱਥੇ ਹੀ ਕਰਵਾ ਰਹੇ ਹਾਂ ਉਹਦਾ ਜੀ ਸਰ ਆਸਟ ਗੀਤ ਨੂੰ ਮੈਂ ਸੁਣਾਉਣ ਲੱਗਾ ਜੋ ਅਸੀਂ ਕਰਨ ਲੱਗੇ ਹੁਣੇ ਪਿਆਰ ਹੈ ਕਿਸੇ ਨਾਲ ਵੀ ਹੋ ਸਕਦਾ ਹੈ ਜਾਨਵਰ ਨਾਲ ਵੀ ਹੋ ਸਕਦਾ ਹੈ ਹੋਰ ਨਾਲ ਵੀ ਕਿਸੇ ਨਾਲ ਹੋ ਸਕਦਾ ਹੈ ਤੇਰੇ ਪਿਆਰ ਦਾ ਮਸਲਾ ਏ ਤੇਰੇ ਪਿਆਰ ਦਾ ਮਸਲਾ ਅਮੇ ਛੱਡ ਤੇ ਭਾਵੇਂ ਮਾਰੇ ਸੱਜਣਾ ਅਮੇ ਛੱਡ ਤੇ ਭਾਵੇਂ ਮਾਰੇ ਸੱਜਣਾ ਕਿਛਾ ਤੇਰਾ ਨਹੀਂ ਹੋਇਆ ਸਾ ਤੇ ਛੱਡਣਾ ਏ ਤੇਰੇ ਪਿਆਰ ਦਾ ਮਸਲਾ ਏ ਦਿਲ ਤੇਰੇ ਉਤੇ ਹੋਇਆ ਕਮਲਾਏ ਦਿਲ ਤੇਰੇ ਉਤੇ ਹੋਇਆ ਕਮਲਾਏ ਦਿਲ ਤੇਰੇ ਉਤੇ ਹੋ ਲਾ ਕਮਲਾਏ ਹਾ ਬਹੁਤ ਖੂਬਸੂਰਤ ਬਹੁਤ ਵਧੀਆ ਇੱਕ ਤੁਹਾਡੀ ਜਿਹੜੀ ਬਹਿਰ ਆ ਔਰ ਜਿਹੜਾ ਰਾਸਾ ਬਹੁਤ ਅੱਛਾ ਸਰ ਉਹ ਇੱਕ ਫਲੇਵਰ ਆ ਉਹ ਆਨੰਦ ਦਿੰਦਾ ਤੇ ਬੰਦਾ ਖੋ ਜਾਂਦਾ ਵਾਕਈ ਸੋ ਸਰ ਨੂੰ ਆਪੇ ਨਹੀਂ ਕਰਦਾ ਉੱਠ ਨੂੰ ਸਰ ਕੋਲੋਂ ਦਿਲ ਕਰਦਾ ਇਦਾਂ ਗਾਣੇ ਇਹਨਾਂ ਦੇ ਸੁਣਦੇ ਰਹੀਏ ਇੰਨੇ ਸੋਹਣੇ Song ਨੇ ਮਤਲਬ ਰੱਬੀ ਰੂਪ ਨੇ ਅੱਜ ਕੱਲ ਤਾਂ ਤੁਹਾਨੂੰ ਪਤਾ ਠਾ ਠਾਈ ਹੋਈ ਪਈ ਆ ਹਨਾ ਜੀ ਅੱਜ ਅੱਜ ਕੱਲ ਦੇ Song ਇਦਾਂ ਦੇ ਨੇ ਪਤਾ ਹੀ ਨਹੀਂ ਲੱਗਦਾ ਵੀ ਕੀ ਸੁਣੀਏ ਤੇ ਕੀ ਛੱਡੀਏ ਹਨਾ ਸੋ ਸਰ ਦੋਸਤੋ ਆਪ ਜੀ ਨੂੰ ਵੀ ਗੁਜਾਰਿਸ਼ ਹੈ ਕਿ ਸਰਚ ਕਰਿਆ ਕਰੋ ਹੋਰ ਬੜਾ ਕੁਝ ਸੁਣਦੇ ਹੋ ਤੁਸੀਂ ਅੱਜਕੱਲ ਨਵਾਂ ਪਰ ਇਦਾਂ ਦੀ ਗਾਇਕੀ ਨੂੰ ਵੱਧ ਤੋਂ ਵੱਧ ਸਪੋਰਟ ਵੀ ਕਰਨੀ ਚਾਹੀਦੀ ਹੈ ਸਾਡਾ ਫਰਜ਼ ਬੰਦਾ ਔਰ ਸਿੱਖਿਆ ਵੀ ਕਰੀਏ ਇਦਾਂ ਦੀ ਗਾਇਕੀ ਨੂੰ ਇਦਾਂ ਦਾ ਲਹਿਜਾ ਅਪਣਾਈਏ ਅਪਣਾਉਣ ਦੀ ਲੋੜ ਆ ਹਨਾ ਤਾਂ ਕਿ ਸਾਡਾ ਜੋ ਪੰਜਾਬੀ ਕਲਚਰ ਔਰ ਸਾਡੀ ਪੰਜਾਬੀयत ਜ਼ਿੰਦਾ ਰਹੇ ਕਿਉਂਕਿ ਅੱਜਕੱਲ ਤੁਹਾਨੂੰ ਪਤਾ ਹੀ ਹੈ ਹੁਣ ਕੀ ਵਾਰੀ ਵਾਰੀ ਕਹੀਏ ਸੋ ਇਦਾਂ ਦੀ ਗਾਇਕੀ ਨੂੰ ਅਪਣਾਉਣਾ ਸੁਣਨਾ ਸ਼ੇਅਰ ਕਰਨਾ ਸਾਡਾ ਮੋਢਲਾ ਫਰਜ਼ ਹੈ ਜੀ ਹਨਾ ਜੀ ਅਗਰ ਅਸੀਂ ਪੰਜਾਬੀ ਨੂੰ ਪਿਆਰ ਕਰਦੇ ਸੋ ਅੱਜ ਅਸੀਂ ਆਏ ਜੀ ਇਹ ਸਨ ਸਾਡੇ ਨਾਲ ਗੁਰਮੇਲ ਬਰਾੜ ਜੀ 스ਵੇਡਨ ਵਾਲੇ ਸੋ ਬਹੁਤ ਅੱਛਾ ਲੱਗਾ ਸਰ ਹੋਰਾਂ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਔਰ ਮਿੱਠੀ ਮਿੱਠੀ ਆਵਾਜ਼ ਅਸੀਂ ਉਹਦਾ ਆਨੰਦ ਮਾਣਿਆ ਤੇ ਅਮਨ ਜੀ ਨੇ ਵੀ ਨਾਲ-ਨਾਲ ਅਸੀਂ ਸਾਰਿਆਂ ਨੇ ਰਲ ਮਿਲ ਕੇ ਇਸ ਸੀਜ਼ਨ ਨੂੰ ਇੰਜੋਏ ਕੀਤਾ ਸੋ ਬਹੁਤ ਜਲਦੀ ਅਸੀਂ ਅਗਲੀ ਇੰਟਰਵਿਊ ਅਗਲੇ ਅਦਾਕਾਰ ਨਾਲ ਲੈ ਕੇ ਤੁਹਾਡੇ ਸਨਮੁਖ ਪੇਸ਼ ਹੋਵਾਂਗੇ ਸੋ ਰੱਬ ਰੱਖਾ ਜੀ ਤੇ ਮੈਂ ਮੜੇ ਬੋਲਦੇ ਮੈਂ ਕੈਮਰਾਮੈਨ ਧਰਮਪਾਲ ਸਿੰਘ ਜੀ ਤੇ ਅਮਨ ਸੇਖੋਂ ਜੀ ਜੋ ਕੋਈ ਪੰਜਾਬ ਦੇ ਮਸ਼ਹੂਰ ਪੰਜਾਬ ਦੇ ਕੀ ਸਾਰੇ ਦੁਨੀਆ ਦੇ ਮਸ਼ਹੂਰ ਮੈਂ ਤਾਂ ਕਹਿ ਸਕਦਾ ਜਿਸ ਡਾਇਰੈਕਟ ਤੋਂ ਮਰਜੀ ਪੁੱਛ ਲਈਂ ਨਾ ਦਾਣਾ ਪਹਿਲੇ ਦੱਸੇਗਾ ਸੇਖੋਂ 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 ਤੇ ਇਹ ਬਾਈ ਜੀ ਸਾਡੇ ਬਹੁਤ ਮਿੱਠੇ ਗੀਤ ਗਾਉਣ ਵਾਲੇ ਬਹੁਤ 뮤직 ਦੇ ਮਾਹਰ ਹੈ ਤੇ ਬਹੁਤ ਡਿਗਰੀਆਂ ਪਾਸ ਕੀਤੀਆਂ ਇਹਨਾਂ ਨੇ 뮤직 ਦੀਆਂ 인ਦਰਮਾਨ ਜੀ ਇਹਨਾਂ ਦਾ ਨਾਮ ਹੈ ਤੇ ਅੱਜ ਮੇਰੇ ਘਰ ਆਏ ਹੈ ਮੈਂ ਬਾਬਾ ਫਰੀਦ ਜੀ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਪਰਮਾਤਮਾ ਇਹਨਾਂ ਨੂੰ ਹਰ ਕੰਮ ਦੇ ਵਿੱਚ ਸਫਲ ਰੱਖੇ ਇਹ ਚੜ੍ਹਦੀਆਂ ਕਲਾ ਵਿੱਚ ਰਹਿਣ ਬਹੁਤ ਬਹੁਤ ਸ਼ੁਕਰੀਆ ਸਰ ਰੱਬ ਰਾਖਾ ਜੀ